ਮੈਂ ਕਹਿੰਦਾ ਯਾਰ ਚੱਲੀਏ ਕੱਲ ਨੂੰ ਸ਼ਿਫਿਆ ਕਿੱਥੇ ਬਟੇਰੀਆਂ ਦਾ ਸ਼ਿਕਾਰ ਨਾ 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 ਛੋਟਾ ਸ਼ਿਕਾਰ ਮੈਨੂੰ ਨਹੀਂ ਕਰਦਾ ਭਾਈ ਵੱਡਾ ਸ਼ਿਕਾਰ ਉਹ ਭਾਈ ਮੰਨੇ ਉਹ ਤਾਂ ਹੀ ਬਟੇਰੀਆਂ ਤੇ ਮੈਂ ਆਪਣਾ ਆਪ ਜਾਇਆ ਕਰਨਾ ਉੱਥੇ ਫਾਇਦਾ ਕੀ ਆ ਮੈਂ ਇਦਾਂ ਦਾ ਕੰਮ ਕਰਦਾ ਹੀ ਨਹੀਂ ਉਹ ਭਾਈ ਮੰਨਿਆ ਤੂੰ ਤਕੜਾ ਬੰਦਾ ਹੈ ਤਕੜੇ ਸ਼ਿਕਾਰ ਕਰਦਾ ਕਿਤੇ ਮਾੜਿਆਂ ਦੇ ਨਾਲ ਵੀ ਟੁਰ ਕੇ ਵੇਖ ਲੈ ਮਾੜਿਆਂ ਨਾਲ ਤੁਹਾਡੇ ਨਾਲ ਜਦੋਂ ਤੁਰਨਾ ਆਇਆ ਨਾ ਮੇਰੀ ਰਿਪੋਰਟ ਜਿਹੜੀ ਆ ਨਾ ਉਹ ਸ਼ਿਕਾਰੀਆ ਤੱਕ ਪਹੁੰਚ ਜਾਣੀ ਆ ਮੈਂ ਵੱਡਿਆ ਸ਼ਿਕਾਰੀਆ ਦੇ ਵਿੱਚ ਗੰਦਾ ਹੋਣਾ ਮੈਨੂੰ ਜ਼ਰੂਰ ਤੋਂ ਕੋਈ ਨਹੀਂ ਅੱਲਾਹ ਦੀ ਮਿਹਰਬਾਨੀ ਦੇ ਨਾਲ ਮੈਂ Sri Lanka ਗਿਆ। ਅੱਛਾ ਹਾਂ ਮੇਰਾ ਸੱਜਣ ਹੈਗਾ ਆ ਉਹਦੀ ਸਰਕਸਾ ਇੱਥੇ ਲੱਗੀ। ਹਾਂ ਉਹਨੇ ਮੈਨੂੰ ਕਿਹਾ ਦੋ ਹਾਥੀ ਚਾਹੀਦੇ ਆ ਸ਼ੀਫਿਆ। ਹਾਂ ਮੈਂ ਕਿਹਾ ਹਾਥੀ ਤੇਰੇ ਦੋ ਲਿਆ ਦੇਵਾਂਗਾ ਲੇਕਿਨ ਇਹ ਆ ਕਿ ਮੈਂ ਨਾ ਕਿਸੇ ਦੇ ਰੱਖੇ ਹਾਥੀ ਨਹੀਂ ਲੈਂਦਾ ਹੁੰਨਾ। ਵਾਹ ਵਾਹ ਮੈਂ ਆਪਣੇ ਹੱਥਾਂ ਨਾਲ ਸ਼ਿਕਾਰ ਕਰਨਾ ਆ। ਤੇ ਹਾਥੀ ਵੀ ਇਦਾਂ ਦੇ ਨਿੱਗਰ ਲਿਆ ਕੇ ਦਵਾਗਾ ਤੇਰੀ ਤਬੀਅਤ ਖੁਸ਼ ਹੋ ਜਾਏਗੀ ਨਹੀਂ ਐਸ਼ ਗੱਲੋਂ ਤੇ ਸ਼ੀਫਾ ਤੇਰਾ ਨਾ ਹੋਇਆ ਮੈਂ ਤੇ ਲਿਆ ਆਪਣਾ ਯੂਨਿਟ ਨਾਲ ਸੱਜਣ ਲੈ ਨਾਲ శ్రీలంਕਾ ਚਲਾ ਗਿਆ ਅੱਛਾ ਹਾਂਜੀ 8 ਦਿਨ ਮੈਂ ਜੰਗਲਾਂ ਦੇ ਵਿੱਚ ਬੈਠਾ ਰਿਆ ਹਾਂ ਜਿਸ ਵਕਤ ਬੈਠਾ ਰਿਆ ਨੌਵਾਂ ਦਿਨ ਹੋ ਗਿਆ ਮੈਂ ਕੱਲ ਸ਼ੀਫਾ ਦਿਨ ਦਾ ਆਉਣ ਦਾ ਹੈ ਹਾਂ ਹੈ ਤੂੰ ਕਹਿੰਦਾ ਸ਼ਿਕਾਰੀ ਯਾਰ ਲੇਕਿਨ ਨਜ਼ਰ ਤੇਜ਼ ਅੱਛਾ ਜਦ ਮੈਂ ਐ ਕਰਕੇ ਨਜ਼ਰ ਮਾਰੀ ਆ ਦੇਖਿਆ ਕੀ ਆ ਤੇ 9-10 ਹਾਥੀ ਆਉਣ ਦਾ ਹੈ ਅੱਛਾ ਓਏ ਓਏ ਹਾਥੀ ਵੀ ਗੜਗੜੇ ਦਰਖਤ ਜੜੇ ਹਾਥੀ ਮੈਂ ਕਿਹਾ ਲੈ ਵੀ ਸੀ ਵਿਆ ਇਹ ਦਸਾਂ ਦੇ ਵਿੱਚੋਂ ਇੱਕ ਕੱਢਣਾ ਹੈ ਦੋ ਕੱਢਣੇ ਕਿੱਦਾਂ ਕੱਢਣੇ ਆ ਅੱਛਾ ਉਹ ਝੁੰਡ ਸੀ ਪੂਰਾ ਮੈਂ ਕਹਿੰਦਾ ਪੂਰਾ ਪਤਾ ਨਹੀਂ ਕਿੱਥੋਂ ਕਿਤੇ ਕਰਿਆ ਕਿਤੇ ਵਿਆਹ ਤੋਂ ਆਉਣ ਡੇ ਸੀ ਉਹ ਇਲਾਕੇ ਦੇ ਵਿੱਚ ਵੀ ਸ਼ਾਦੀਆਂ ਹੁੰਦੀਆਂ ਆ ਇਹਨਾਂ ਦੇ ਵਿੱਚ ਵੀ ਖੁਸ਼ੀਆਂ ਹੁੰਦੀਆਂ ਅੱਛਾ ਜੀ ਜਦੋਂ ਮੈਂ ਵੇਖਿਆ ਤਾਂ ਪੂਰਾ ਹੀ ਜਥੇ ਦਾ ਜਥਾ ਟੁਰਿਆ ਆਉਣ ਡਿਆ ਅੱਛਾ ਮੈਂ ਕਹਾ ਸ਼ੀਵਿਆ ਦੋ ਹਾਥੀ ਕੱਢਣੇ ਇਹਦੇ ਵਿੱਚੋਂ ਵਾਹ ਵਾਹ 10ਵੇਂ ਦਿਨ ਦੀ ਗੱਲ ਆ 90 ਦਿਨ ਮੈਂ ਬੈਠਾ ਰਿਹਾ ਲੰਘਦੇ ਜਰ ਬੈ ਕੇ ਕਰਕੇ ਵੇਖਿਆ ਤੇ ਹਾਥੀ ਆਉਣ ਦੇ ਮੈਂ ਕੀ ਕੀਤਾ ਮੈਂ ਉਹਨਾਂ ਦੇ ਸਾਹਮਣੇ ਨਹੀਂ ਗਿਆ ਅੱਛਾ ਮੈਂ ਕਿਹਾ ਜੇ ਸਾਹਮਣੇ ਗਿਆ ਨਾ ਇਹਨਾਂ ਨੇ ਭੱਜ ਜਾਣਾ ਇਹਨਾਂ ਨੇ ਪਛਾਲਣਾ ਹਾਂ ਕਿ ਸ਼ਿਫਾਾਰੇ ਸ਼ਿਕਾਰੀ ਜਿਹੜੇ ਹੁੰਦੇ ਨਾ ਉਹਨਾਂ ਨੂੰ ਇਹ ਜਾਣ ਲੈਂਦੇ ਆ ਅੱਛਾ ਉਹਨਾਂ ਦੇ ਘੇਰੇ ਤੋਂ ਪਤਾ ਲੱਗ ਜਾਂਦਾ ਵੀ ਇਹ ਬੰਦੇ ਦੀ ਬਹੁਤ ਦੇਰ ਦੀ ਸਰਵਸ ਆ ਬੜੀ ਗੱਲ ਆ ਮੈਂ ਫਿਰ ਉੱਤੋਂ ਵੀ ਪਿਆ ਜਦੋਂ ਮੈਂ ਪਿਆ ਨਾ ਤੇ ਕਿੰਨੇ ਸੀ 11 ਅੱਛਾ ਨੋ ਅੱਗੇ ਲੰਘੇ ਤੇ ਦੋਵਾਂ ਨੂੰ ਮਤ ਫੇਰਿਆ ਪਿੱਛੇ ਅੱਛਾ ਉਹ ਸਮਝ ਗਏ ਉਹਨਾਂ ਕੇ ਹੁਣ ਸ਼ੀਫੇ ਨੇ ਜਾਨ ਨਹੀਂ ਛੱਡਣੀ ਹੈਗੀ ਜਿੰਨੀ ਦੇਰ ਤੱਕ ਇਹਨਾਂ ਨੂੰ ਗ੍ਰਿਫਤਾਰੀ ਨਹੀਂ ਦਿੱਤੀ ਵਾਹ 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 ਮੈਂ ਵੀ ਜਦੋਂ ਵੇਖਿਆ ਵੀ ਨੋ ਅੱਗੇ ਲੰਘੇ ਮੈਂ ਉਹਨਾਂ ਦੇ ਅੱਗੇ ਹੋ ਗਏ ਤੇ ਦੋਨਾਂ ਦੇ ਸੁੰਡਾਂ ਨੂੰ ਪਿਆਰ ਕਰਨ ਲੱਗ ਪਏ ਸੁੰਡ ਓ ਯਾਰ ਇੱਕ ਤੇ ਪਕਾਉਣ ਵਾਲੀ ਹੁੰਦੀ ਐ ਨਾ ਓ ਪਕਾਉਣ ਵਾਲੀ ਨਹੀਂ ਵੈਸੇ ਮੇਰਾ ਦਿਲ ਤਾਂ ਕਰਦਾ ਵੀ ਮੱਖੀ ਤੇਰੇ ਮੈਂ ਇੱਕ ਰੈਟਾ ਮਾਰਾਂ ਅ ਸੁੰਡ ਪਕਾਉਣ ਵਾਲੀ ਦੀ ਗੱਲ ਕਰਨ ਓ ਹਾਥੀ ਦੇ ਸੁੰਡ ਉਹ ਵੱਡੇ ਵੱਡੇ ਜਦੋਂ ਐਜ ਕਰਕੇ ਬਾਤ ਫੇਰਿਆ ਉਹਨਾਂ ਨੇ ਕਿਹਾ ਵੀ ਲੈ ਵਈ ਸ਼ੀਫੇ ਦੀ ਗ੍ਰਿਫਤਾਰੀ ਜਿਹੜੀ ਐ ਨਾ ਸਾਡੀ ਲੈ ਲਈ ਆ ਵਾਹ ਵਾਹ ਮੈਂ ਕਿਹਾ ਗੱਲ ਸੁਣ ਲੋ ਤੁਸੀਂ ਜਾ ਤਾਂ ਸਕਦੇ ਨਹੀਂ ਆ ਕਿ ਨੌ ਤੱਕੇ ਲੰਘੇ ਤੁਸੀਂ ਨਹੀਂ ਜਾ ਸਕਦੇ ਗੱਲ ਸਮਝਦੇ ਆ ਤੇਰੀ ਮੈਂ ਕਹਿੰਨਾ ਉਹਨਾਂ ਨੂੰ ਮੈਂ ਕਿਹਾ ਤੁਰ ਪੋ ਅੱਗੇ ਅੱਛਾ ਹੱਥ ਫੇਰਿਆ ਉਹ ਸਮਝ ਗਿਆ ਵੀ ਇਹਨੇ ਹੁਣ ਲੈ ਜਾਣਾ ਹੀ ਆ ਯਾਰ ਵੈਸੇ ਸ਼ੀਫੇ ਉਹਨਾਂ ਦੀ ਸੁੰਡ ਜੜੀ ਚ ਬੜੀ ਜੀ ਜਾਨ ਹੁੰਦੀ ਆ ਮੈਂ ਫਿਲਮਾਂ ਚ ਵੇਖਿਆ ਗੱਡੀਆਂ ਟੰਕਾ ਕੰਮ ਹੀ ਨਹੀਂ ਹੁੰਦਾ ਹੈਗਾ ਕੀ ਗੱਲ ਕੀ ਆ ਜੀ ਆਹ ਨਹੀਂ ਹਾਂ ਫਿਰ ਉਹ ਹੀ ਦੋਸਤ ਜਿਹੜਾ ਮਾਨੂੰ ਸੁੰਡ ਉਹ ਲਿਆ ਕੇ ਦਿੱਤੇ ਹਾਥੀ ਹੋ ਰਾਜੀ ਹੋ ਗਏ ਉਹ ਰਾਜੀ ਹੋ ਗਏ ਉਹਨਾਂ ਕਾ ਵੀ ਜਿੱਤੇ ਹਾਥੀ ਲਿਆ ਦਤੇ ਆ ਤੇ ਸਾਨੂੰ ਅੱਗੇ ਦੇ ਦੋ ਸ਼ੇਰ ਦੇ ਲਿਆਦੇ ਜੋੜਾ ਅੱਛਾ ਮੈਂ ਕਹਿੰਦਾ ਯਾਰ ਹੁਣ ਤਾਂ ਮ ਆਇਆ ਥੱਕਾ ਟੁੱਟਾ ਮਹੀਨੇ ਕੇ ਬਾਅਦ ਜਾ ਨਹੀਂ ਆਖੇ ਜਾਣ ਜ਼ਿੱਦ ਕਰ ਲਈ ਉਹਨਾਂ ਨੇ ਅੱਛਾ ਸ਼੍ਰੀ ਲੰਕਾ ਜਾਣਾ ਹੈ ਤੂੰ ਅੱਛਾ ਮੈਂ ਚੱਲੇ ਗਿਆ ਬੰਗਲਾਦੇਸ਼ ਅੱਛਾ ਨਾਲ ਮੇਰੇ ਦੋਸਤ ਸੱਜਣ ਉੱਥੇ ਹੂੰ ਉੱਥੇ ਮੈਂ 11 ਦਿਨ ਇੱਥੇ ਲੱਗੇ ਸੀ ਤੇ 13 14 ਦਿਨ ਉੱਥੇ ਲੱਗੇ ਅੱਛਾ ਜਥਾ ਜਾ ਰਿਹਾ ਸ਼ੇਰਾਂ ਦਾ ਵਾਹ ਵਾਹ ਮੈਂ ਵੇਖਿਆ ਮੈਂ ਕਹਿੰਦਾ ਵੀ ਲੈ ਵੀ ਇਹਨਾਂ ਦੇ ਅੱਗੇ ਨਹੀਂ ਹੋਣਾ ਕਿਉਂਕਿ ਸ਼ੀਫਾ ਕੱਲਾ ਸੀ ਨਾਲ ਦੇ ਇੱਕ ਮੁੰਡੇ ਜਿਹੜੇ ਸ਼ਿਕਾਰੀ ਸੀ ਉਹ ਸੁੱਤੇ ਪਿਆ ਸੀ ਸੁੱਤੇ ਪਿਆ ਸੀ ਯਾਰ ਮੈਂ ਅੱਜ ਕਰਕੇ ਗਿਆ ਤੇ ਹੁਣ ਪਿਛੇ ਸ਼ੇਰ ਜਿਹੜੇ ਨੇ ਆਖਰੀ ਤਨ ਪਤਾ ਲੈਂ ਬਣਾ ਕੇ ਬਹੁਤ ਔਰਦੇ ਆ ਇਹਨਾਂ ਨੂੰ ਬੜਾ ਸ਼ੌਕ ਆ ਲੈ ਪਿਛੋਂ ਨਹੀਂ ਗਿਆ ਇੱਕ ਦੀ ਲਾਤ ਇਧਰੋਂ ਫੜ ਲਈ ਕਿਧਰ ਤੋਂ ਫੜ ਲੀ ਫੜ ਕੇ ਮੈਂ ਇਦਾਂ ਨਾ ਝਟਕਾ ਮਾਰਿਆ ਸ਼ੇਰ ਡਿੱਗ ਪਏ ਓਏ ਹੋਏ ਹੋਏ ਹੋ ਮੈਂ ਕਿਹਾ ਉਹ ਗੱਲ ਸੁਣ ਲਓ ਹੁਣ ਹਾਂ ਹੁਣ ਨਾ ਜਾਈਓਗਾ ਆਪਾਂ ਸ਼ਾ ਕਿਸੇ ਵਾਸਤੇ ਵਾ 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 ਇਹ ਸ਼ੇਰ ਮੇਰਾ ਲੈ ਕੇ ਕਰਕੇ ਹੋਇਆ ਔਰ ਮੈਂ ਮੂੰਹ ਚ ਬਾ ਦੇ ਦਿੱਤੀ ਬੱਲੇ ਬੱਲੇ ਕੋਈ ਜਿਹੜਾ ਅੰਦਰਲਾ ਕਾਂ ਨਹੀਂ ਹੁੰਦਾ ਉਹ ਮੈਂ ਫੜ ਲਿਆ ਉਹ ਸ਼ੇਰ ਰੋਵੇ ਹਾਂ ਆ ਆ ਆ ਮੈਂ ਛੱਡਿਆ ਹੀ ਨਹੀਂ ਬੱਲੇ 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 ਮੈਂ ਜੇ ਉਧਰ ਛੱਡਿਆ ਨਹੀਂ ਉਹ ਡਿੱਗ ਪਿਆ ਹਾਂ ਉਹ ਜਦੋਂ ਨਾਲ ਦੇ ਸ਼ੇਰ ਨੇ ਵੇਖਿਆ ਵੀ ਇਹਨੇ ਤਾਂ ਮੂੰਹ 'ਚ ਬਾਹ ਬਾਤੀ ਆ ਉਹਨੂੰ ਭੂਤ ਨਹੀਂ ਤੈਨੂੰ ਪਤਾ ਹੀ ਨਹੀਂ ਲੱਗਾ ਕਿ ਸ਼ੀਫੇ ਨੇ ਹੱਥ ਪਾਇਆ ਆ ਆ ਜਦੋਂ ਮੈਂਕਰ ਉਹਨੂੰ ਪਾਉਣ ਲੱਗਾ ਉਹ ਆਪ ਡਿੱਗ ਪਿਆ ਉਹਨੇ ਕਿਹਾ ਵੀ ਉਹਨੇ ਕਿਹਾ ਮੈਂ ਮੇਰਾ ਕੰਮ ਵੀ ਫੜ ਲੈਣਾ ਇਹਨੇ ਲੈ ਜਾ ਮੈਨੂੰ ਹੁਣ ਲੋ ਜੀ ਜੋੜਾ ਲਿਆਂਦਾ ਮੈਂ ਹਾਂ ਠੀਕ ਆ ਕਿ ਨਹੀਂ ਛੇਰਾ ਦਾ ਮੈਂ ਕਹਿੰਦਾ ਉਹ ਜਾ ਕੇ ਵੇਲਾ ਉਹਦੇ ਕੋਲ ਆ ਵਾਹ 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 ਇਸ ਟਾਈਮ ਕੁਲੇ ਦੇ ਕੋਲ ਆ ਕੁਲੇ ਕੁਲਾ ਸਰਕਸ ਵਾਲਾ ਹਾਂ ਬੱਲੇ ਉਹਦੇ ਕੋਲ ਆ ਇਸ ਟਾਈਮ ਅਸਲਾਮੁਅਲੈਕਮ ਜੀ ਵਾਲੇਕੁਮ ਸਲਾਮ ਪਰਸੋਂ ਮੈਂ ਨਹੀਂ ਬਾਏ ਛਾਤੋਂ ਨੰਗੇ ਆ ਮੈਂ ਥੱਲੇ ਮੈਂ ਕਿ ਬਾਜ ਨੰਗੇ ਆ ਲੱਗਦਾ ਬਾਜ ਹਾਂ ਵੇਲਾ ਮੱਖੀ ਤੋਂ ਬਾਜ ਨਹੀਂ ਹੁੰਦਾ ਅੱਛਾ ਆਪ ਏਡੇ ਏਡੇ ਵੱਡੇ ਸ਼ੇਰਾਂ ਦੇ ਤੇ ਹਾਥੀਆਂ ਦੇ ਨਾਲ ਲੈ ਰਹੇ ਆ ਸਾਡਾ ਐਡਾ ਕ ਜਾਨਵਰ ਵੀ ਤੇਰੇ ਕੋਲ ਬਰਦਾਸ਼ਤ ਨਹੀਂ ਹੈਗਾ ਜੀ ਫੇ। ਓ ਯਾਰ ਵੱਡੇ ਸ਼ਿਕਾਰ ਕਰ ਫੇ। ਓ ਯਾਰ ਬਿਸਤੀ ਨਾ ਕਰ। ਓ ਬਾਜ ਸਾਡੀ ਬਿਸਤੀ ਨਾ ਕਰ। ਓ ਬਾਜ ਛੋਟਾ ਹੁੰਦਾ ਕਿਤੇ ਤਕੜਾ ਬਾਜ। ਬਾਜ ਆ ਜਿਹੜਾ ਅਸਦਹਾ ਚੋੱਕੇ ਲਾਈ ਜਾਂਦਾ ਓ ਬਾਜ ਸੀ ਤੇ ਬਾਜ ਕਿੱਥੇ ਆ ਹੁਣ? ਮੈਂ ਗਿਆ ਛੱਤ ਤੇ। ਅੱਛਾ। ਦੂਆ ਚੱਕਰ ਲਾਇਆ। ਮੈਂ ਕਿਹਾ ਬੰਦੇ ਦਾ ਪੁੱਤ ਬਣ ਕੇ ਥੱਲੇ ਆ ਜਾ। ਉਹਨੇ ਕਿਹਾ ਨਹੀਂ ਵਈ ਕਿਸੇ ਬੰਦੇ ਨੇ ਆਵਾਜ਼ ਮਾਰੀ ਹੈ ਫੌਰੀ ਮੇਰੇ ਮੋਢਿਆਂ ਤੇ ਕਹਿੰਦਾ ਪਲਵਾਨ ਆਰਡਰ ਮੈਂ ਆ ਗਿਆ ਪਿੰਰੇ ਚੋਂ ਫਿਰ ਦੱਸਾਂਗੇ ਕਿਸੇ ਟਾਈਮ ਮੋਢਾ ਥੱਲੇ ਆ ਗਿਆ ਹਾਂ ਮੱਗੀ ਉਹ ਬਾਜ਼ ਨਹੀਂ ਹੋਣਾ ਉਹ ਤੇਰਾ ਭਾਂਜਾ ਹੋਣਾ ਬਾਜ਼ ਤੇਰੀ ਗੱਲ ਨਹੀਂ ਮੰਨ ਸਕਦਾ ਅਸਲਾਮੁਅਲੈਕੁਮ ਵਾਲੇਕੁਮ ਅਸਲਾਮ ਕੀ ਹਾਲ ਚੱਲਿਆ ਜੀ ਖਾਨਾ ਸ਼ਹਾਦੇ ਸ਼ੀਫੇ ਪਲਵਾਨ ਨੂੰ ਮਿਲਣਾ ਜੀ ਸ਼ੀਫੇ ਪਲਵਾਨ ਨੂੰ ਆ ਵੇ ਹੁਣ ਦੱਸ ਮੈਂ ਮੈਂ ਕਿਹਾ ਵੀ ਮੇਰੇ ਨਾਲ ਸ਼ੀਵਾ ਆ ਲੈ ਕੀ ਆ ਸ਼ੀਵਾ ਇਸ ਟਾਈਮ ਜਾ ਕੇ ਸ਼ਿਕਾਰੀਆਂ ਨੂੰ ਪੁੱਛੇ ਸ਼ିକਾਰੀ ਨਾਂ ਸੁਣਦੇ ਸ਼ੀਫੇ ਦਾ ਹੂੰ ਤੇ ਉਹ ਆ ਵੀ ਦੰਦਲ ਪੈ ਜਾਂਦੀ ਆ ਵੀ ਕਿਤੇ ਸ਼ੀਫਾ ਸਾਡਾ ਸ਼ਿਕਾਰ ਤੇ ਨਹੀਂ ਕਰਨਾ ਗਿਆ ਉਹਨਾਂ ਨੂੰ ਬੁਲਾਈਏ ਜੀ ਕੀ ਹੋਇਆ ਸ਼ੀਫਾ ਉਹਨਾਂ ਨੂੰ ਬੁਲਾਈਓ ਜੀ ਸ਼ੀਫਾ ਸਾਹਿਬ ਨੂੰ ਐ ਸ਼ੀਫਾ ਹੀ ਆ ਭਾਜੀ ਹੋਰ achar ਵਾਲਾ ਮਰਤਬਾ ਨੇ ਐ ਸ਼ੀਫਾ ਹੀ ਆ ਸ਼ੀਵਾ ਕੰਮ ਆ ਮੈਨੂੰ ਤੁਹਾਡਾ ਨਾ ਫੋਲ ਕੇ ਗੱਲ ਦੱਸ ਕੀ ਆ ਖਾਣੇ ਵਾਲਾ ਮੈਂ ਤੈਨੂੰ ਇਕੱਲੇ ਨੂੰ ਨਹੀਂ ਹੈਗਾ ਕੰਮ ਬੜੇ ਆ ਬੜੀਆਂ ਪਾਲਟੀਆਂ ਨੂੰ ਆ ਖਾਣੇ ਵਾਲੋਂ ਆਇਆ ਜੀ ਮੈਂ ਖਾਣੇ ਵਾਲੋਂ ਸ਼ੀਫੇ ਦਾ ਨਾਂ ਸੁਣ ਕੇ ਹਾਂਜੀ ਹਾਂਜੀ ਕੀ ਖਾਣਾ ਪੀਣਾ ਕੀ ਹੈ ਜਵਾਨਾ ਬਸ ਮਿਹਰਬਾਨੀ ਨਹੀਂ ਦੱਸ ਦੇ ਮਿਹਰਬਾਨੀ ਜੀ ਸ਼ੀਫੇ ਦੇ ਡੇਰੇ ਤੇ ਆਇਆ ਦੋ ਦਿਨ ਨਹੀਂ ਜਾ ਸਕਦਾ ਹਾਂਜੀ ਖਾar ਪੀਣ ਤੋਂ ਬਗੈਰ ਅਸੀਂ ਕਿਸੇ ਮਹਿਮਾਨ ਨੂੰ ਨਹੀਂ ਮੱਖੀ ਹਾਂਜੀ ਜਾ ਵੈਰਾ ਕੁਦਦ ਸ਼ੁੱਧ ਲਿਆ ਕੇ ਪਲਾ ਹੁਕਮ ਘਰ ਪਹਿਲਵਾਨ ਕੀ ਖਾਣਾ ਨਹੀਂ ਨਹੀਂ ਮੇਰਾ ਰੋਜ਼ੇ ਤੋਂ ਰਫਤਾਰੀ ਕਰਾਂਗੇ ਜੀ ਰਫਤਾਰੀ ਕਰਨੀ ਰੋਜ਼ਾ ਤੁਹਾਡਾ ਹਾਂਜੀ ਮਾਫ ਕਰਦੀ ਜਵਾਨਾ ਰੋਜ਼ਾ ਸਾਡਾ ਵੀ ਆ ਹਾਂਜੀ 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 ਸਾਡੀ ਵੀ ਰੋਜ਼ੇਦਾਰ ਆ ਸਾਡੇ ਨਾ ਜੀ ਰਿਸ਼ਤੇਦਾਰ ਰਹਿੰਦੇ ਨੇ ਕਸ਼ਮੀਰ ਚ ਅੱਛਾ ਅੱਛਾ ਆਜ਼ਾਦ ਕਸ਼ਮੀਰ ਹਾਂਜੀ ਹਾਂਜੀ ਅੱਛਾ ਅੱਛਾ ਉੱਥੇ ਰਹਿੰਦੇ ਆ ਜੀ ਤੇ ਨਾ ਜੀ ਅੱਜ ਤੋਂ ਨਾ ਕੋਈ 30 ਸਾਲ ਪਹਿਲੇ ਹੂੰ ਰਾਤ ਦੇ ਕੋ 2 ਵਜੇ ਦਾ ਟਾਈਮ ਆ ਅੱਛਾ ਤੇ ਕੋਈ ਸ਼ੈ ਖਦਾ ਦੀ ਕਿਤੇ ਨਜ਼ਰ ਨਹੀਂ ਆਉਣ ਦੀ ਠੰਡ 2 ਵਜੇ ਕਿਹਨੇ ਬਾਜੀ ਨਜ਼ਰ ਆਉਣਾ ਹੈਗਾ ਇਹ ਸ਼ਿਵਾ ਸ਼ਿਕਾਰੀ ਇਹ ਥੋੜਾ ਵੀ ਜੰਗਲਾਂ ਜੀ ਫਿਰ ਰਿਹਾ 2 ਵਜੇ ਲੋ ਜੀ ਇੰਨੀ ਧੀਰ ਚ ਨਾ ਆ ਜਿੱਡੀ ਵੱਡੀ ਤੁਹਾਡੀ ਟਾਲੀ ਆ ਜਿਹੜੀ ਹੈ ਹਾਂਜੀ 70 80 ਫੁੱਟ ਦਾ ਨਾ ਇੱਕ ਬਿੰਮਾਨਸ ਜਿਹੜਾ ਹੈ ਹਾਂ ਹਾਂ ਉਹ ਵੜਿਆ ਗਲੀ ਚ ਆਪਣੀ ਜੀ ਉਹਨਾਂ ਦੀ ਚ ਸਾਡੇ ਰਿਸ਼ਤੇਦਾਰ ਜਿਹੜੇ ਕਸ਼ਮੀਰ ਰਹਿੰਦੇ ਆ ਅੱਛਾ ਉਹ ਗਲੀ ਚ ਵੜਿਆ ਤੇ ਉਹਨੇ ਜਨਾਬ ਕੰਦ ਦੇ ਉਤੋਂ ਕੰਦ ਤਾਂ ਉਹਦੇ ਸਾਹਮਣੇ ਨਿੱਕੀ ਜੀ ਕੰਦ ਕੰਦ ਤੇ ਉਹ ਇੰਜ ਟੱਪਦਾ ਜਿਵੇਂ ਲਾਲੀ ਟੱਪੀ ਦੀ ਤੁਸੀਂ ਤਾਂ ਹੁਣ ਸ਼ਿਕਾਰੀ ਤੁਹਾਨੂੰ ਤਾਂ ਪਤਾ ਨਹੀਂ ਕੰਦ ਇੰਜ ਹੀ ਟੱਪਦਾ ਜਿਵੇਂ ਲਾਲੀ ਟੱਪੀ ਦੀ ਹਾਂਜੀ 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 ਤੁਹਾਡਾ ਤਾਂ ਕਈ ਵਾਰੀ ਟੱਕਰੇ ਹੋਏ ਹੋਣੇ ਲੋ ਲੋ ਕਈ ਮੈਂ ਇਦਾਂ ਮਚੋੜ ਕੇ ਸੜਤੇ ਨੇ ਹਾਂਜੀ ਤੇ ਉਹ ਜਨਾਬ ਨਾ ਹੁਣ ਆਇਆ ਅੰਦਰ ਜਿੱਲੇ ਉਹਨੇ ਦੇਖਿਆ ਕਿ ਚਲੂੰਗੀ ਜਨਾ ਇੱਕ ਸੋਹਣਾ ਜਿਹਾ ਮੁੰਡਾ ਚਲੂੰਗੀ ਚ ਬੁੱਢੀ ਬੱਚਾ ਪਾਇਆ ਬੱਚਾ ਪਾਇਆ ਆਇਆ ਹਾਂ ਉਹਨੇ ਜਨਾਬ ਬੱਚੇ ਵਾਲ ਦੇਖਿਆ ਉਹਨੇ ਬਨਮਾਨਸ ਨੇ ਹੂੰ ਉਹਨੂੰ ਹੋ ਗਿਆ ਜੀ ਉਹਦੇ ਨਾਲ ਉਸੇ ਟਾਈਮ ਪਿਆਰ ਬੱਚੇ ਨਾਲ ਬੱਚੇ ਨਾਲ ਵਾ 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 ਲੋ ਜੀ ਉਹਨੇ ਬੱਚਾ ਚੁੱਕਿਆ ਤੇ ਜੰਗਲਾਂ ਨੂੰ ਦੌੜ ਲਾਤੀ ਓਏ ਹੋਏ ਬੇਨਮਾਨਸ ਨੇ ਇਸ ਗੱਲ ਨੂੰ ਲੰਘ ਹੈ ਜੀ ਅੱਜ 30 ਸਾਲ 30 ਸਾਲ ਹੋ ਗਏ ਹਾਂਜੀ 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 ਇਸ ਗੱਲ ਨੂੰ ਹੋ ਗਿਆ ਜੀ 30 ਸਾਲ ਅੱਛਾ ਉਹ ਮੇਰੇ ਕੋ ਆਏ ਖਾਨੇ ਵਾਲ ਮੈਨੂੰ ਕਹਿੰਦੇ ਸਾਡੇ ਨਾਲ ਚੱਲ ਮੈਂ ਵੀ ਸ਼ਿਕਾਰੀ ਹਾਂ ਜੀ ਅੱਛਾ ਜੀ ਹਾਂਜੀ ਕੀ ਨਾਂ ਤੁਹਾਡਾ ਮੇਰਾ ਨਾਂ ਰਾਣਾ ਇਜਾਜ਼ ਹੈ ਮੈਂ ਗਲੇਲ ਨਾਲ ਸ਼ਿਕਾਰ ਕਰਦਾ ਜੀ ਭੱਲੇ 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 ਹਲਕਾ ਸ਼ਿਕਾਰ ਹਲਕੀ ਸ਼ਿਕਾਰ ਆਲੇ ਨਾ ਸਾਡਾ ਨਹੀਂ ਐਡਾ ਚੱਕਰ ਹੈਗਾ ਹਲਕਾ ਸ਼ਿਕਾਰ ਮੈਂ ਕਿਹਾ ਜੀ ਮੇ ਪਹਿਲਵਾਨ ਦੇ ਕਿ ਨਾ ਹੋਇਆ ਹਾਂ ਹਲਕਾ ਸ਼ਿਕਾਰ ਮੈਂ ਕਿਹਾ ਜੀ ਜੇ ਸਾਡੇ ਕੋਲੋ ਗੱਲ ਬਣੀ ਮੈਂ ਲੁਕ ਲੁਕਾ ਕੇ ਗਿਆ ਜੰਗਲ ਚ ਹੂੰ ਤੇ ਉਹ ਜਨਾਬ ਜਿੱਲੇ ਮੈਂ ਜਾ ਕੇ ਦੇਖਿਆ ਬਿਨ ਮਾਨਸ ਇੱਕ ਜਗ੍ਹਾ ਬੈਠਾ ਤੇ ਮੁੰਡਾ ਇੰਜ ਜਵਾਨ ਹੋਇਆ ਹੂੰ ਤੇ ਦੋਨੋਂ ਪਿਓ ਪੁੱਤਰ ਟੈਪ ਬਣ ਕੇ ਨਾ ਕਦੀ ਐਸ ਦਰਖਤਾਂ ਤੇ ਫਿਰ ਰਹੇ ਆ ਕਦੀ ਬੋਲੇ ਉਹ ਔਲਾਦ ਬਣ ਕੇ ਉਹਨੇ ਪਿਓ ਬਣ ਕੇ ਉਹਨੂੰ ਪਾਲ ਲਿਆ ਆਏ 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 ਠੀਕ ਹੋ ਗਿਆ ਜੀ ਵਾਹ 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 ਮੈਨੂੰ ਉੱਚੇ ਮੈਂ ਗਿਆ ਮੈਂ ਕਿਹਾ ਜੀ ਅਸੀਂ ਹੈਗੇ ਗਲੇਲ ਵਾਲੇ ਸ਼ਿਕਾਰੀ ਉਹ ਬੰਟਿਆਂ ਨੇ ਤਾਂ ਕੀ ਕਰ ਲੈਣਾ ਲੈ 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 ਕੋਈ ਮੈਂ ਕਿਹਾ ਜੀ ਇਹਦੇ ਵਾਸਤੇ ਚਾਹੀਦਾ ਕੋਈ ਬੰਦਾ ਪਾਰਾ ਹਾਂਜੀ ਹਾਂਜੀ ਮੈਂ ਇੱਧਰ ਉੱਧਰ ਪਾਕਿਸਤਾਨ 'ਚ ਵੱਡੇ ਵੱਡੇ ਸ਼ਿਕਾਰੀਆਂ ਨਾਲ ਗੱਲ ਕੀਤੀ ਹਮ ਮੈਂ ਕਿਹਾ ਜੀ ਕੋਈ ਐਸਾ ਬੰਦਾ ਉਹਨੇ ਕਿਹਾ ਜੀ ਇੱਕੋ ਹੀ ਬੰਦਾ ਆ ਪਾਕਿਸਤਾਨ 'ਚ ਸ਼ੀਫਾ ਹਮ ਵਾਹ ਵਾਹ ਸ਼ੀਫਾ ਜੀ ਉਹਨੇ ਕਿਹਾ ਜੀ ਸ਼ੀਫਾ ਜਾਏਗਾ ਤੇ ਉਹਨੇ ਕਹਿੰਦਾ ਉਹ ਤੇ ਮਤਲਬ ਕਿ ਸ਼ੇਰਾਂ ਨੂੰ ਜਾ ਕੇ ਇੰਜ ਫੜ ਕੇ ਲੈ ਆਉਂਦਾ ਜਿਵੇਂ ਬੱਕਰੀ ਨੂੰ ਫੜਨਾ ਹੁੰਦਾ ਹਾਂਜੀ 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 ਤੇ ਮੈਂ ਹੁਣ ਕਸ਼ਮੀਰੋਂ ਸਿੱਧਾ ਹੀ ਆ ਰਿਹਾ ਘਰ-ਬਾਰ ਉਹਦਾ ਹਰ ਸ਼ੈ ਮੈਂ ਦੇਖ ਲਈ ਹੈ ਬਦਮਾਨਸ ਦੀ ਬਦਮਾਨਸ ਦੀ ਉਹ ਮੈਂ ਸਭ ਕੁਝ ਦੇਖ ਲਿਆ ਤੇ ਤੁਸੀਂ ਨਾ ਜੀ ਹੁਣ ਮੇਰੇ ਨਾਲ ਜਾਣਾ ਹੈ ਪੈਸੇ ਜਿੰਨੇ ਤੁਸੀਂ ਕਹਿਣਾ ਹੈ ਘਰੋਂ ਤੁਰਨ ਤੋਂ ਲਾ ਕੇ ਵਾਪਸ ਘਰ ਆਉਣ ਤੱਕ ਖਰਚਾ ਮੇਰਾ ਤੇ ਜਿੰਨੇ ਪੈਸੇ ਮੰਗਣੇ ਆ ਉਹ ਵੀ ਜਿਹੜੇ ਆ ਮੈਂ ਦੇਾਂਗਾ ਜੀ ਤੁਹਾਨੂੰ ਗੱਲ ਪਤਾ ਕੀ ਆ ਸਾਰੀ ਜ਼ਿੰਦਗੀ ਸ਼ਿਕਾਰ ਜੀ ਲੰਘ ਗਈ ਆ ਹਾਂਜੀ ਲੇਕਿਨ ਮੈਂ ਜਾ ਨਹੀਂ ਸਕਦਾ ਕਿਉਂ ਜੀ ਮੈਨੂੰ ਅਗੀ ਆ ਮੋਰੀਆ ਦੀ ਤਕਲੀਫ ਅੱਛਾ ਮੋਰੇ ਕੰਮ ਨਹੀਂ ਕਰਦੇ ਹਾਂਜੀ ਹਾਂਜੀ ਮੈਂ ਕਰਦਾ ਆ ਹਾਂਜੀ ਮੇਰਾ ਦਿਲ ਹੁਣ ਵੀ ਕਰਦਾ ਆ ਹਾਂਜੀ ਹਾਂਜੀ ਕਿ ਮੈਂ ਜਾਵਾਂ ਅੱਲਾ ਵਗੇ ਮੇਰੇ ਹਿਸਾਬ ਦੇ ਨਾਲ ਇਹ ਗੇਮ 10 ਤੋਂ 15 ਮਿੰਟ ਦੀ ਗੇਮ ਆ 70 ਫੁੱਟ ਉੱਚਾ ਹੈ ਬਿਰਮਾਨਸ ਮਤਲਬ ਕਿ 70 ਫੁੱਟ ਜਿਹੜੇ ਕੋਲ ਮੁੰਡਾ ਲੈ ਕੇ ਆਉਣਾ ਹਾਂਜੀ ਮੈਂ ਤਾਂ ਤਿੰਨ ਮੰਜ਼ਲਾ ਕੁੜਕਾ ਹੋਵੇ ਨਾ ਪਲਾਜ਼ਾ ਤਿੰਨ ਮੰਜ਼ਲਾ ਤੇ ਉਹ 70 ਫੁੱਟ ਬਣਦਾ 70 ਨਹੀਂ ਚਾਰ ਮੰਜ਼ਲਾ ਹੋਵੇ ਤਾਂ 70 ਫੁੱਟ ਬਣਦਾ ਤੇ ਚੜਾਈ ਕਿੰਨੀ ਉਸ ਬਦਮਾਨਸ ਦੀ ਚੜਾਈ ਹੋਣੀ ਹੈ ਕੋਈ 16 17 ਫੁੱਟ ਇੰਝ ਨੂੰ ਆ ਉਹ ਇਹ ਤਾਂ ਸ਼ੀਫ ਨੂੰ ਕੁਝ ਵੀ ਨਹੀਂ ਕਹਿੰਦੇ ਜਿਹੜਾ ਉਹ ਫਿਲਮਾਂ ਚ ਨਹੀਂ ਦੇਖਿਆ ਯਾਰ ਕਹਿੰਦੀ ਹੈ ਕਹਿੰਦੀ ਉਹ ਇੱਕ ਫਿਲਮ ਜਿਹਦੀ ਬਣੀ ਆ ਉਹ ਜਿਹੜਾ ਕੁੜੀ ਤੇ ਆਸ਼ਕ ਹੋ ਜਾਂਦਾ ਉਹ ਕੁੜੀ ਚੁੱਕ ਕੇ ਰੱਖ ਲੈਂਦਾ ਤੇ ਤਲੀ ਤੇ ਰੱਖ ਲੈਂਦਾ ਅੱਛਾ 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 ਜੱਜ ਜੱਜ ਬਦਮਾਨਸ ਆ ਜਿਹੜਾ ਪਲਾਜ਼ਿਆਂ ਤੇ ਭੱਜਾ ਫਿਰਦਾ ਆ ਉੱਡਾਇਆ ਉਹ ਉੱਡਾਇਆ ਹੈਲੀਕਾਪਟਰ ਚੁੱਕ ਕੇ ਐਨੂੰ ਤੇ ਇਹ ਤਾਂ ਉਨੇ ਪਸ਼ੀਫੇ ਅੱਗੇ ਕੀ ਆ ਯਾਨੀ ਹੈਲੀਕਾਪਟਰ ਵੀ ਚੁੱਕ ਕੇ ਪਰੇ ਮਾਰਦਾ ਹਾਂਜੀ 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 ਬੰਦਾ ਕੀ ਬਾਜੀ ਯਾਰ ਤੇਰੇ ਮੁਕੱਦਰ ਮਾਰੇ ਆ ਹਾਂ ਅਗਰ ਕਿਤੇ ਮੇਰੇ ਮੋਰੇ ਸਹੀ ਹੁੰਦੇ ਨਾ ਹਾਂਜੀ ਤੇ ਮੈਂ 1 ਮਿੰਟ ਵੀ ਨਹੀਂ ਲਾਉਣਾ ਓ ਯਾਰ ਪਸ਼ੀਫੇ ਜਾ 10 ਲੱਖ ਦੀ ਦਿਹਾੜੀ ਲੱਗਣ ਦੀ ਤੂੰ ਉਹਨੂੰ ਮੋਰੇ ਹੀ ਨਹੀਂ ਕੰਮ ਕਰਦੇ ਤੇ ਮੋਰੇ ਹੀ ਉਹ ਮੋਰੇ ਹੀ ਨਹੀਂ ਕੰਮ ਕਰਦੇ ਤੇ ਮੋਰੇ ਨਾ ਆਵੀ ਉਹ ਮੋਰੇ ਹੀ ਨਹੀਂ ਕੰਮ ਕਰਦੇ ਮੈਂ ਕਿਤੇ ਰਹੀ ਉਦੋਂ ਮੋਰੇ ਕੰਮ ਕਰਦੇ ਸੀ ਜਦੋਂ 11 ਹਾਥੀਆਂ 'ਚੋਂ 2 ਹਾਥੀ ਕੱਢ ਲਿਆ ਉਦੋਂ ਮੋਰੇ ਸਹੀ ਸੀ ਹੁਣ ਮੋਰੇ ਜਿਹੜੇ ਆ ਮੋਰੇ ਆ ਗਏ ਆ ਤੇਰਾ ਸ਼ੇਰਾਂ ਦੇ ਵਿੱਚੋਂ ਦੋ ਸ਼ੇਰ ਕੱਢ ਲਿਆ ਆ ਓਏ ਆਹੋ ਕੱਢ ਲਿਆ ਹੁਣ ਮੋਰੇ ਹੀ ਨਹੀਂ ਕੰਮ ਆ ਤੇ ਆ ਬਦਮਾਨ ਉਸ ਕੋ ਮੁੰਡਾ ਕੱਢਣਾ ਕਿਹੜਾ ਕੋਈ ਕੰਮ ਆ ਤੇਰੇ ਲਈ ਉਹ ਕਿੱਧਰ ਗਿਆ ਸ਼ੀਫਾ ਜੀ ਇਹ ਡੇ ਡੇ ਡਾਇਲੌਗ ਸੀ ਓਏ ਓ ਬਾਤ ਦੀਆਂ ਗੱਲਾਂ ਓ ਬਾਤ ਦੀਆਂ ਗੱਲਾਂ ਕੀ ਆ ਤੂੰ ਕਹਿੰਨੇਂ ਅਹੀ ਮੈਂ Sri Lanka ਗਿਆ ਮੈਂ ਬੰਗਲਾਦੇਸ਼ ਗਿਆ ਓ ਅਫਜ਼ਲ ਮੋਰੇ ਆਲੇ ਨੂੰ ਫੋਨ ਕਰੀ ਆਹ ਭਾਜੀ ਤੁਹਾਨੂੰ ਆ ਮੇਰੇ ਵੱਲੋਂ 10000 ਰੁਪਏ ਆ ਗਏ ਨਹੀਂ ਨਹੀਂ ਭਾਜੀ ਬਹਿਰ ਹੀ ਗੱਲ ਨਹੀਂ ਦਾਸਾ ਮੋਰੇ ਨਹੀਂ ਕੰਮ ਕਰਦੇ ਸ਼ੀਫੇ 10000 ਆ ਓਏ ਮੋਰੇ ਹੀ ਨਹੀਂ ਕੰਮ ਕਰਦੇ ਸ਼ੀਫੇ ਉਹਨੂੰ ਫੋਨ ਮਾਰ ਕਿਨੂੰ ਅਫਜ਼ਲ ਡਾਕਟਰ ਨੂੰ ਉਹਨੂੰ ਕਹ ਮੋਰੇ ਨੂੰ ਤਕਲੀਫ ਹੈ ਸ਼ੁਰੂ ਇਹ ਸਾਨੂੰ ਲੱਗਦਾ ਉਦੋਂ ਦੀ ਪਹਿਲਵਾਨ ਹੋਣਾ ਗੱਲ ਹੀ ਸੁਣਾ ਰਿਹਾ ਹੈਗਾ ਕਿ ਸ਼੍ਰੀਲੰਕਾ ਤੇ ਉੱਥੇ ਤੇ ਇਹ ਮਾਮਾ ਕਿਤੇ ਘਰ ਹੀ ਨਕਸ਼ਾ ਵਾ ਕੇ ਉੱਥੇ ਜਾਂਦਾ ਹੋ ਰਿਹਾ ਹੈ ਮੱਖੀ ਉਹ ਜਾ ਕੇ ਵੇਖ ਕੇ ਆ ਇਹ ਬੱਜੇ ਲਖ ਦੇਂਦਾ ਹੈ ਐਡਾ ਐਡਾ ਬਸ ਐ ਐ ਐਡਾ ਐਡਾ ਹੱਥ ਆ ਉਹਦਾ ਲੈ ਬਾਂ ਤੋਂ ਲਾਵਾ ਬਾਂ ਤੋਂ ਲਾਵਾ ਨਹੀਂ ਹਾਥੀ ਐਡਾ ਆ ਐਡਾ ਜਿਹੜਾ ਐਡਾ ਹਾਥਾ ਉਹਨੇ ਤੇ ਮੇਰੇ ਮੋਰੇ ਫੜ ਕੇ ਇੰਜ ਕਰਦੇ ਨੇ ਉਹਨੇ ਤੈਨੂੰ ਗਰਦਨ ਤੋਂ ਫੜ ਕੇ ਇੰਜ ਮੋੜੇ ਜਿਹੜੇ ਚੜਾ ਦੇਣੇ ਆ ਫਿੱਟ ਹੋ ਜਾਣਾ ਹੀ ਤੇ ਤੁਹਾਡੇ ਸਾਹਮਣੇ ਕੀ ਹੈ ਤੁਹਾਡਾ ਇਨਾਂ ਨਾਲ ਤੁਹਾਡੇ ਸਾਹਮਣੇ ਕੀ ਹੈ ਮੇਰੇ ਸਾਹਮਣੇ ਕੁਛ ਨਹੀਂ ਉਹ ਹਾਂਜੀ ਹਾਂਜੀ ਲੇਕਿਨ ਗੱਲ ਇਹ ਹੈ ਕਿ ਮੇਰੇ ਮੋਰੇ ਜਿਹੜੇ ਆ ਨਾ ਹਾਂਜੀ ਹਾਂਜੀ ਇਹ ਓਏ ਮੱਖੀ ਇੱਧਰ ਆ ਜ਼ਰਾ ਪਿੱਛੇ ਐ ਦਬਾਏ ਪਿੱਛੇ ਆ ਆ ਤੈਨੂੰ ਵੇਖ ਲਾ ਫੌਰੀ ਦਰਦ ਸ਼ੁਰੂ ਹੋ ਗਿਆ ਨਹੀਂ 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 ਹੈ ਦਰਦ ਦਰਦ ਮੇਰੀ ਇਹ ਨਾ ਮੋਰੇ ਠੀਕ ਹੋ ਲਾਂਦੇ ਹੋ ਇਹ ਇਹ ਦੇਖੋ ਜੀ ਤੁਹਾਡਾ ਕੀ ਨਾਂ ਜੀ ਮੇਰਾ ਨਾਂ ਜੀ ਮੱਖੀ ਜੀ ਮੱਖੀ ਇਹ ਐਡਾ ਹੱਥ ਹੋਣਾ ਕੋਈ 1.5 4 ਫੁੱਟ ਦਾ 5 ਫੁੱਟ ਦਾ ਹੱਥ ਆ ਜਿਹਦਾ ਐਡਾ ਹੱਥ ਆ ਮੇਰੇ ਮੋਰੇ ਉਹਦੇ ਅੱਗੇ ਕੀ ਆ ਓਏ ਸਗੋ ਫਿੱਟ ਕਰ ਦੇਣਾ ਮੇਰੇ ਮੋਰੇ ਉਹਦੇ ਅੱਗੇ ਕੀ ਆ ਭਾਜੀ ਜਿੱਡਾ ਵੱਡਾ ਤੁਹਾਡਾ ਨਾਂ ਆ ਸ਼ੀਫਾ ਜੀ ਤੂੰ ਸ ਤਾਂ ਉਹਨੂੰ ਜਾ ਕੇ ਇੰਨੀ ਗੱਲੀ ਕਹਿਣੀ ਉੱਠ ਓਏ ਮੁੰਡਾ ਕੱਢ ਦਰਬਾਰ ਲੈ ਉਹ ਬੇਅਦਬ ਹੋ ਜਵੇ ਮੈਂ ਤਾਂ ਮਾਰਿਆ ਗਿਆ ਅਗਲੀ ਤੇਰੇ ਅੱਗੇ ਵੀ ਬੇਅਦਬ ਹੁਣਾ ਜਾਨਵਰਾਂ ਨੇ ਸ਼ੀਸ਼ੇ ਭੁਲਾ ਆ ਆ ਮੱਖੀ ਬੇਅਦਬ ਹਾਲਾ ਕਿ ਮੱਖੀ ਕੀ ਹੁੰਦੀ ਹੈ ਮੱਖੀ ਕੁਛ ਵੀ ਨਹੀਂ ਜਿਹੜੇ ਜਿਹੜੇ ਤੂੰ ਸ਼ਿਕਾਰ ਕਰ ਲੈਨੇ ਆ ਮੇਰੇ ਤੇਰੇ ਮੂੰਹੋਂ ਨਾ ਮੈਨੂੰ ਚੰਗੀ ਨਹੀਂ ਲੱਗੀ ਨਹੀਂ ਜਾਵਾਂਗੇ ਇਹ ਨਹੀਂ ਗੱਲ ਹੈ ਨਹੀਂ ਤੁਹਾਡੀ ਸੁਨੇਗਾ ਨਹੀਂ ਉਹ ਕੌਣ ਉਹ ਬੇਮਾਨਸ ਦੇਖੋ ਜੀ ਮੈਂ ਜਦੋਂ ਉਹਨੂੰ ਜਾਣਦਾ ਹੀ ਨਹੀਂ ਹਾਂ ਬਦਮਾਨਤ ਕਿਹੜਾ ਵੀ ਮੇਰੇ ਨਾਲ ਦਾ ਘਰ ਸੀ ਉਹਦਾ ਹਾਂ ਮੈਨੂੰ ਉਰੀ ਤਬੀਅਤ ਦਾ ਕੀ ਪਤਾ ਵੀ ਉਹ ਕਿਦਾਂ ਦਾ ਜਾਨਵਰ ਆ ਹਾਂ ਹੈ ਤੇ ਉਹ ਹਾਥੀ ਤੇਰੇ ਭਾਂਜੇ ਸੀ ਨਹੀਂ ਤੂੰ ਦਬਕਾ ਮਾਰਨਾ ਜਰਾ ਗੱਜ ਵੱਜ ਕੇ ਭਾਜੀ 70 ਫੁੱਟ ਕਿੰਨੀ ਲਵਾਈ ਉਹਦੀ 70 ਫੁੱਟ ਜਿੱਦਾ ਚਾਰ ਮੰਜ਼ਲਾ ਮਾਰਤ ਹੁੰਦੀ ਚਾਰ ਮੰਜ਼ਲਾ ਆ ਦਬਕਾ ਅਸਰ ਕਰਦਾ ਦਬਕਾ ਤਾਂ ਮੇਰੇ ਦੂਸਰੀ ਮੰਜ਼ਲ ਤੱਕ ਨਹੀਂ ਜਾਣਾ ਹੈ ਇਹ بڑے ਹਿਸਾਬ ਨਾਲ ਫੜਨਾ ਪੈਣਾ ਆ بڑے ਹਿਸਾਬ ਨਾਲ ਉਹਦੀ ਭਾਜੀ ਛਾਤੀ ਤੇ ਜਾ ਕੇ ਬਹਿ ਜੀਓ ਤੁਸੀਂ ਕੁਸੋਣ ਸੋਣ ਕੋਈ ਦੋ ਚਾਰ ਛਾਤੀ ਵੀ ਹੋਰੀ ਨਾਲ مشਵਰੇ ਵੀ ਦੇਣ 45 ਫੁੱਟ ਤੇ ਛਾਤੀ ਆ ਹਾਂਜੀ ਹਾਂਜੀ ਹੈ ਹਾਂਜੀ ਹਾਂਜੀ ਤੇ ਅਸੀਂ ਤਾਂ 6 ਫੁੱਟ ਦੇ ਕਾਕਾ ਖਤਮ ਹੋ ਜਾਂਦੇ ਆ 5.5 ਫੁੱਟ ਦੇ ਖਤਮ ਹੋ ਜਾਂਦੇ ਆ ਅੱਲਾ ਤੇਰੀ ਖੈਰ ਕਰੇ ਪਹਿਲੇ ਬਕਵਾਸੀ ਕਰ ਦਿੱਤੀ ਹੈ ਨਹੀਂ ਤੇ ਹਾਥੀ ਜਿਹੜੇ ਤੁਸੀਂ ਉਹ ਵੀ ਤਾਂ ਏਡੇ ਏਡੇ ਵੱਡੇ ਹੁੰਦੇ ਆ ਉਹ ਹਾਥੀ ਅਸੀਂ ਪਿੱਛੋਂ ਉਹ ਉਹ ਦਾ ਹੋਰ ਸਟਾਈਲ ਸੀ ਹਾਂਜੀ ਬਦਮਾਨਸ ਦਾ ਹੋਰ ਹੈਗਾ ਨਹੀਂ ਮੈਨੂੰ ਤਾਂ ਬੰਦਿਆਂ ਨੇ ਦੱਸਿਆ ਕਹਿੰਦੇ ਜੀ ਇਹ ਤਾਂ ਹਾਥੀ ਨੂੰ ਜਾ ਕੇ ਕਹਿਣ ਲੱਪਿੰਦਾ ਓਏ ਤੁਰ ਓ ਮੇਰੇ ਨਾਲ ਤੇ ਹਾਥੀ ਨਾਲ ਤੁਰ ਪੈਂਦਾ ਉਹ ਤੁਰ ਪੈਂਦੇ ਨੇ ਉਹ ਤੇ ਇਹ ਵੀ ਤੁਰ ਪਾਏਗਾ ਜੀ ਨਹੀਂ ਐਨੇ ਨਹੀਂ ਤੁਰਨਾ ਕਿਉਂ ਆ ਜਿਹੜਾ ਬਿਨ ਮਾਨਸ ਹੈ ਨਾ ਇਹਨੂੰ ਅਸੀਂ ਇੰਨਾ ਨਹੀਂ ਹੱਥ ਪਾਇਆ ਕਦੀ ਹਾਂਜੀ ਇਹਨੂੰ ਕਦੀ ਹੱਥ ਪਾਇਆ ਹੀ ਨਹੀਂ ਕੱਖ ਨਹੀਂ ਹੈਗਾ ਕੱਖ ਨਹੀਂ ਹੈਗਾ ਕੱਖ ਨਹੀਂ ਜਦੋਂ ਕੱਖ ਨਹੀਂ ਹੈਗਾ ਤੇ ਤੁਸੀਂ ਬੋਰੀ ਪਾ ਕੇ ਫੜ ਲਓ ਨਹੀਂ ਨਹੀਂ ਮੈਂ ਤਾਂ ਗਲੇਲ ਦਾ ਸ਼ਿਕਾਰੀ ਹਾਂ ਤੇ ਗਲੇਲ ਮਾਰ ਲਓ ਉਹਦੀ ਅੱਖ ਦੇ ਵਿੱਚ ਅੱਖ ਹੈਗੀ ਉਹਦੀ ਪਤਾ ਨਹੀਂ ਅੱਖ ਕਿਤੇ ਉੱਤੇ ਹੋਣੀ ਹੈ ਜੀ ਕਿਤੇ ਉੱਤੇ ਕਿਥੇ ਕਿਤੇ ਸਮਾਨਾਂ ਦੇ ਰੱਖਿਆ ਆਂਖੋ ਉਹ ਸਮਾਨਾਂ ਤਾਂ ਹੀ ਆ ਉਹਦਾ ਤਾਂ ਮੂੰਹ ਨਹੀਂ ਨਜ਼ਰ ਆਉਂਦਾ ਪਤਾ ਨਹੀਂ ਕਿੱਥੇ ਇੱਦਾਂ ਤੁਸੀਂ ਗਲੇਲ ਇਦਾਂ ਚਲਾਓ ਨਾ ਇਦਾਂ ਇਦਾਂ ਕਰਕੇ ਤਾਂ ਨੂੰ ਨੇ ਗਲੇਲਿਆਂ ਨੂੰ ਕੁਛ ਨਹੀਂ ਕਹਿਣਾ ਗਲੇਲ ਵਾਲਾ ਕੰਮ ਹੁੰਦਾ ਮੈਂ ਆਪੇ ਹੀ ਕੁਛ ਨਹੀਂ ਕਹਿਣਾ ਯਾਰ ਉਹ ਦਿਨ ਤੂੰ ਉੱਥੇ ਸਮੁੰਦਰ ਦੇ ਵਿੱਚ ਉਹ ਯਾਰ ਨਹੀਂ ਹੈਗਾ ਮੱਗੀ ਇੰਨਾ ਟਾਈਮ ਮੇ ਕੋ ਐ ਉਹ ਦਿਨ ਵੀ ਤੂੰ ਕਹਿੰਦਾ ਸੀ ਮੇਰੇ ਮੋਰੇ ਦਰਦੋਂਡਾ ਜਿੱਦਨ ਤੂੰ ਵੱਡਾ ਮਗਰਮੱਛ ਫੜਿਆ ਐ ਐਂਜੋ ਨੂੰ 扑ਕਾ ਕੇ ਤੂੰ ਮਾਰਿਆ ਬਾਹਰ ਤੇ ਉਦੋਂ ਠੀਕ ਸੀ ਮੋਰੇ ਉਹ ਉਦਨ ਵੀ ਤੂੰ ਕਹਿੰਦਾ ਨਹੀਂ ਮੇਰੇ ਹਲਕੀ ਹਲਕੀ ਮੋਰੇ ਦੀ ਤਕਲੀਫ ਆ ਬਦਮਾਨ ਉਸ ਬੜ ਪੈਸੇ ਸੁ ਦੇ ਰਿਹਾ ਹੈਗਾ ਪੈਸੇ ਆ ਰਹੇ ਆ ਮੱਗੀ ਪੈਸੇ ਆ ਰਹੇ ਆ ਬਦਵਾਲ ਜਲੀ ਫੜੋਣਾ ਪੈ ਆ ਰਿਆ ਉਹ ਵੱਡਾ ਜਾਨਵਰ ਆ ਮੇਰੇ ਨਹੀਂ ਉਹ ਕਾਬੂ ਦੋ ਵਾਰੀ ਕਰਕੇ ਫੜ ਲਓ ਜੇ ਵੱਡਾ ਲੈ ਦੋ ਵਾਰੀ ਫੜ ਲੈ ਜਿੱਡਾ ਦੱਸਣ ਦਾ ਦੋ ਵਾਰੀ ਫੜਨਾ ਪੈਣਾ ਤੈਨੂੰ ਆਹ ਭਾਈ ਤੈਨੂੰ ਕਹਿੰਦੇ ਆ ਵੀ ਹੁਣ ਹਿੰਮਤ ਨਹੀਂ ਰਹਿ ਗਈ ਅੱਧਾ ਅੱਧਾ ਕਰਕੇ ਫੜ ਲਓ ਯਾਰ ਅੱਧਾ ਅੱਧਾ ਕਿਦਾ ਫੜ ਲਈ ਆਟੇ ਦਾ ਟੋੜਾ ਆ ਉਹ ਸ਼ੀਫੇ ਜੀ ਟੋੜਾ ਆ ਜੀ ਆ 10 ਕਿਲੋ ਦਾ ਲੈਵਾ ਦੇ ਦਿਓ ਤਾਂ 5 ਕਿਲੋ ਨਹੀਂ ਅੱਧਾ ਮੈਂ ਕਹਿੰਦਾ ਅੱਧਾ ਅੱਜ ਫੜ ਲਓ ਤੇ ਅਸਾਸੂ ਲੈ ਕੇ ਰਾਤ ਨੂੰ ਸੌ ਕੇ ਤਾਜ਼ਾ ਦਾ ਮੌਕੇ ਅੱਧ ਦੁਬਾਰਾ ਸੋਹਰਾ ਜੀ ਅਸੀਂ ਅੱਧ ਫੜ ਲਿਆਈਏ ਖਾਣ ਵਾਲਾ ਜਿਹੜਾ ਸਾਨੂੰ ਹੜੱਪ ਕਰ ਜਾਵੇ ਤੇ ਦੂਸਰਾ ਹਿੱਸਾ ਜੀ ਉੱਥੇ ਚਲ ਜੀਏ ਓ ਯਾਰ ਓਦਣ ਲੰਬੜਦਾਰ ਕੋ ਵੀ ਤੇ ਤੂੰ ਗੱਲ ਸੁਣਾ ਕੇ ਪੈਸੇ ਫੜੇ ਨੇ ਅੱਦੇ ਫੇਰ ਤੂੰ ਫੜੇ ਨੇ ਗੱਲ ਸੁਣਾ ਕੇ ਇਹਨੂੰ ਵੀ ਗੱਲ ਸੁਣਾ ਕੇ ਅੱਧਾ ਫੜਦੇ ਅੱਧਾ ਫੇਰ ਫੜ ਲਈ ਨਹੀਂ ਫੜ ਹੋਣਾ ਹੈਗਾ ਨਹੀਂ ਫੜ ਹੋਣਾ ਮੈਨੂੰ ਤੇਰੇ ਨੈਣ ਨਕ ਜੀ ਬਿਨ ਬਾਤ ਸਰ ਕੇ ਲੱਗਣ ਲੱਪੇ ਸ਼ੀਫੇ ਅਸੀਂ ਤਾਂ ਛੋਟੇ ਛੋਟੇ ਸ਼ਿਕਾਰੀ ਆਂ ਉੱਥੇ ਆ ਕੇ ਬੈਠਾ ਆਂ ਇੱਥੇ ਆ ਕੇ ਬੈਠਾ ਆਂ ਗੱਪਾਂ ਐ ਜੇ ਤੁਸੀਂ ਦੋਨੋਂ ਮਾਰਨ ਡੈ ਸੀ ਕਾ ਗੱਪਾ ਕੌਣ ਮਾਰ ਰਿਹਾ ਕਿ ਜੀਵੇ ਨੇ ਗੱਪਾਂ ਨਹੀਂ ਮਾਰੀਆਂ ਕਦੀ ਜੀਵੇ ਨੂੰ ਬਿਮਾਰੀ ਮਾਰ ਗਈ ਆ ਹਾਂ ਨਹੀਂ ਤੇ ਜੀਵੇ ਨੇ ਬਿਮਾਰੀ ਦੇ ਹਰਾਤਾ ਤੇਰੇ ਅੱਗੇ ਅਸੀਂ ਤੇ ਭਰਾਵਾ ਬਟੇਰਿਆਂ ਦਾ ਸ਼ਿਕਾਰ ਕਰਦੇ ਸਾਨੂੰ ਤੇ ਕਿਸੇ ਕੁੱਕੜ ਦਾ ਕਾ ਉਹ ਫੜ ਲੈਨੇ ਨਹੀਂ ਆ ਭਾਈ ਉੱਥੇ ਕਹਿਣ ਡਿਆ ਮੈਂ ਜੀ ਕੰਨੋ ਫੜ ਕੇ ਲੈ ਆਂਦਾ ਸ਼ੇਰ ਨੂੰ ਸ਼ੇਰ ਮੇਰੇ ਸਾਹਮਣੇ ਆਇਆ ਬੱਕਰੀ ਬਣ ਗਿਆ ਤੇ ਐਵੇਂ ਗੱਪਾਂ ਹੀ ਮਾਰਦੇ ਰਹਿੰਦੇ ਬੈਠੇ ਸ਼ੇਰ ਦੇ ਦੋਤੇ ਆ ਜਿਹੜਾ ਕੰਨੋ ਫੜ ਕੇ ਲੈ ਆਇਆ ਉਹਨਾਂ ਨੂੰ ਓਏ ਬਕਵਾਸ ਬੰਦ ਕਰ ਓ ਤੂੰ ਵੀ ਬੰਦ ਕਰ ਓਏ ਅਸੀਂ ਬੜਾ ਤੇਰਾ ਨਾਂ ਸੁਣਿਆ ਸੀ ਪਰ ਅੱਜ ਬੁਰਾ ਹੀ ਲੱਗਾ ਓ ਮੱਗੀ ਓਏ ਬਿਲ ਬਨ ਮਾਨਸ ਦੀ ਗੱਲ ਕਰ ਰਿਹਾ ਐ ਇਹ ਤੇਰੇ ਬਹਿਨੋਈ ਨਾਲੋਂ ਕਿਤੇ ਤਕੜਾ ਬਦਮਾਨਸ ਸ਼ੇਰ ਦੀ ਗੱਲ ਕਰ ਸ਼ੇਰ ਦੀ ਲੈ ਸ਼ੇਰ ਦੀ ਸ਼ੇਰ ਦੀ ਗੱਲ ਕਰ ਸਿਰ ਫੜ ਲੋਂਗੇ ਹਾਂ ਜੇ ਮੋਰੇ ਠੀਕ ਹੋ ਗਏ ਤਾਂ ਲੈ ਬਾਰ ਬਾਰ ਮੋਹਰੇ ਠੀਕ ਹੋ ਗਿਆ ਉਦੋਂ ਤੁਹਾਡੇ ਘਰ ਬਿੱਲੀ ਵੜ ਗਈ ਤੇਰਾ ਮੁੰਡਾ ਮੇਰੇ ਮੁੰਡੇ ਨੂੰ ਲੈ ਕੇ ਆ ਕੇ ਅੱਬੂ ਅੰਦਰ ਮਰਨ ਡੈ ਨੇ ਬਿੱਲੀ ਤੋਂ ਡਰ ਗਿਆ ਸ਼ੇਰ ਤੂੰ ਘਟਾ ਫੜਨਾ ਉਹ ਬਿੱਲੀ ਉੱਤੇ ਕਿਤੇ ਚੜੀ ਆ ਮੈਂ ਲੰਮਾ ਪਿਆ ਤੇ ਆ ਪਿੱਛੇ ਵੱਜੀ ਆ ਕੇ ਮੇਰੇ ਮੋਹਰਿਆਂ ਤੇ ਪਿੱਛੇ ਵੱਜ ਗਈ ਤੇਰੇ ਬੱਲੇ ਬੱਲੇ ਅਰਸ਼ ਤੇਰੇ ਪਿੱਛੇ ਹੀ ਵੱਜੀ ਜਾਣ ਡਈ ਹੈ ਉਹ ਤੇ ਉਹ ਪਹਿਲਵਾਨ ਵੇ ਕਿੱਥੋਂ ਆਇਆ ਤੇਰਾ ਨਾਂ ਸੁਣ ਕੇ ਹੁਣ ਤੂੰ ਸਾਡੇ ਪਿੰਡ ਦੀ ਨਕਾਤੀ ਕਰਾਉਣੀ ਹੈ ਪੰਜ ਜ਼ਿਲ੍ਹੇ ਤੋਂ ਸੁੱਤਾ ਆਇਆ ਹੋਏਗਾ ਉਦੋਂ ਜਾ ਕੇ ਫੜ ਲੈਣਾ ਲੈ ਸੌਂਦਾ ਵੀ ਉਹ ਸੁਤਿਆ ਫੜ ਲਈਏ ਹਾਂਜੀ ਤੇ ਜੇ ਜਾਗ ਪਿਆ ਤੇ ਅਸੀਂ ਤਾਂ ਫੜੇ ਹੀ ਗਏ ਨਾ ਉਹ ਫੇਰ ਛੱਡ ਦੇ ਨਹੀਂ ਨਹੀਂ ਸ਼ੀਫੇ ਅੱਗੇ ਕੀ ਹੈ ਯਾਰ ਜੇ ਜਾਗ ਪਿਆ ਅੱਖ ਖੋਲ ਕੇ ਤੇ ਛੱਡ ਦੇ ਤੂੰ ਕਹ ਭਾਈਨ ਵੈਸੀ ਆਈ ਸੀ ਫੇਰ ਫੇਰ ਅੱਡੀ ਮੈਂ ਤਾਂ ਛੱਡ ਦਊਂਗਾ ਹਾਂ ਉਹਨੇ ਨਹੀਂ ਛੱਡਣਾ ਕੀ ਮੇਰੂੰ ਓ ਯਾਰ ਸ਼ੀਫੇ ਓਏ ਉਹਨੇ ਨਹੀਂ ਛੱਡਣਾ ਉਹ ਜਾਨਵਰ ਸਾਨੂੰ ਪਤਾ ਹੀ ਨਹੀਂ ਹੋਰੀ ਤਬੀਅਤ ਗੰਜਦੀ ਆ ਤੇ ਸ਼ੇਰ ਕੀ ਖਾਲੂ ਐ ਤੇਰਾ ਸ਼ੇਰਾਂ ਦਾ ਪਤਾ ਸੀ ਮੈਨੂੰ ਅੱਜ ਵੀ ਸ਼ੇਰ ਦਾ ਸ਼ਿਕਾਰ ਜਦੋਂ ਮਰਦੀ ਕਰਵਾ ਲਈ ਸ਼ੇਰ ਫੜ ਲੋਂਗੇ ਹਾਂ ਮੀਨਾ ਡੇਢ ਮਹੀਨਾ ਠਹਿਰ ਜਾ ਇਲਾਜ ਕਰਾ ਲੈਂਦੇ ਫੇਰ ਅਸੀਂ ਸ਼ੇਰ ਕਿੱਥੇ ਆ ਮੈਨੂੰ ਜਿਹੜਾ ਮੇਰਾ ਕਿਰਾਇਆ ਲੱਗਾ ਨਾ ਜੀ ਖਾਨੇ ਵਾਲ ਤੋਂ ਇੱਥੇ ਤੱਕ ਉੱਤੇ ਲਾਨਤ ਪੈ ਗਈ ਹੈ ਮੈਨੂੰ ਹੁਣ ਇਸ ਗੱਲ ਦਾ ਪਤਾ ਲੱਗਣ ਡਿਆ ਕਿ ਬੇਸਿਕਲੀ ਜਿਸ ਸ਼ੀਫੇ ਦਾ ਮੈਨੂੰ ਦੱਸਿਆ ਗਿਆ ਨਾ ਉਹ ਇੱਕ ਖੱਚ ਟੈਪ ਆਦਮੀ ਹੈ ਹੋਰ ਸ਼ੀਫਾ ਹੋਣਾ ਫਿਰ ਇਹੀ ਹੈ ਇੱਕ ਸ਼ੀਫਾ ਇੱਧਰ ਵੀ ਹੈਗਾ ਰਾਇਆਂ ਦਾ ਮੁੰਡਾ ਨਹੀਂ ਨਹੀਂ ਉਹ ਸ਼ੀਫਾ ਖੱਚ ਤੂੰ ਹੀ ਹੈ ਸ਼ੀਫਾ ਹੋਰ ਵੀ ਹੈਗਾ ਉਹ ਤੂੰ ਹੀ ਹੈਗਾ ਓਏ ਮੱਖੀ ਹੋਰ ਜਿਹੇ ਮੂੰਹ ਹੋਵੇ ਐਡੀਆਂ ਐਡੀਆਂ ਗੱਲਾਂ ਸੁਣਾ ਕੇ ਤੇ ਮੁਕਰ ਗਿਆ ਤੇਰੇ ਲਈ ਕਿਹੜਾ ਕੰਮ ਹੈਗਾ ਓ ਮੱਖੀ ਜਿਹੜਾ ਬੋਰ ਇੰਜ ਦਾ ਮੂੰਹ ਹੈਗਾ ਤੈਨੂੰ ਨਹੀਂ ਪਤਾ ਨਹੀਂ ਬੜਾ ਇੰਜ ਦਾ ਮੂੰਹ ਹੈਗਾ ਸਾਰੀ ਜ਼ਿੰਦਗੀ ਸਾਨੂੰ ਗੱਲ ਹੀ ਸੁਣਾਉਂਦਾ ਰਿਹਾ ਓ ਸ਼ੀਫਾ ਹੈਗਾ ਰਾਇਆਂ ਦਾ ਮੁੰਡਾ ਸ਼ੀਫਾ ਰਾਇਆਂ ਢੇਰ ਤੂੰ ਇੰਜ ਲਾਇਆ ਇੱਥੇ ਜਿਵੇਂ ਤੂੰ ਪਤਾ ਨਹੀਂ ਕਿੱਡਾ ਕ ਵੱਡਾ ਪਹਿਲਵਾਨ ਹੁੰਨਾ ਛੇ ਵੀ ਨਹੀਂ ਹੈਗਾ ਮੇਰਾ 3-4000 ਮੇਰਾ ਲਵਾਤਾ ਤੂੰ ਕਿਰਾਏ ਤੇ ਲਿੱਦ ਪਲਵਾਨਾ ਤੂੰ ਤੇ ਯਾਰ ਜਾ ਕੰਮ ਕਰ ਜਾ ਜਾ ਕੰਮ ਕਰ ਤੂੰ ਜਾ ਕੇ ਆਪਣਾ ਸ਼ੀਫਾ ਜੀ ਅੱਗੇ ਹੁਣ ਵੀ ਅੱਲਾ ਦੀ ਮਿਹਰਬਾਨੀ ਨਾਲ ਹੁਣ ਜਾਈਏ ਨਾ ਤੇਰਾ ਹਾਥੀ ਬੜ ਲਿਆ ਵਾ ਮੈਂ ਮਤਲਬ ਕਿ ਤੂੰ ਕੁਰਤਾ ਇੰਜ ਪਾਇਆ ਜਿਵੇਂ ਸੁਲਤਾਨ ਰਈ ਦਾ ਪਲੇਠੀ ਦਾ ਮੁੰਡਾ ਹੋਣਾ ਤੂੰ ਤੂੰ ਤੇ ਮਾਮਾ ਕੋਈ ਬਟੇਰਾ ਨਹੀਂ ਫੜ ਸਕਦਾ ਲਿੱਦ ਪਹਿਲਵਾਨ ਤੂੰ ਗੱਲ ਐਡੀ ਐਡੀ ਸੁਣਾ ਰਿਹਾ ਹੈਗਾ ਉਹ ਕਿੱਥੋਂ ਪਹਿਲਵਾਨ ਦਾ ਨਾਮ ਸੁਣ ਗਿਆ ਓ ਮੈਨੂੰ ਗੁੱਸਾ ਲੱਜੜਾ ਓ ਤੂੰ ਗੁੱਸਾ ਤੂੰ ਆਈ ਲਿੱਦੇ ਗੁੱਸਾ ਦੇ ਚੜਿਆ ਤਾਂ ਚੱਲ ਮੈਂ ਨਾ ਕਸ਼ਮੀਰ ਚੱਲ ਚੱਲ ਫੜ ਓ ਨੂੰ ਹਾਂਜੀ ਮੋਰੇ ਠੀਕ ਹੋ ਲਾਂਦੇ ਆਮ ਲਾਈਵ 'ਚ ਸਾਨੂੰ ਕਹਿਣਾ ਰਹਿਣਾ ਮੈਂ ਕੰਧ ਨੂੰ ਗੱਲ ਸੁਣਾਵਾ ਮੇਰੇ ਮਗਰ ਟੁਰ ਪੈਂਦੀ ਏ ਇਹ ਬਿਨ ਮਾਨਸ ਨਹੀਂ ਮਗਰ ਟੁਰਦਾ ਓ ਟੁਰ ਪੈਗਾ ਠੀਕ ਤਾਂ ਹੋ ਲਾਂਦੇ ਹਜੇ ਤਾਂ ਸ਼ੀਵਾ ਬਿਮਾਰ ਆ ਸ਼ੀਵਾ ਨਹੀਂ ਕੋਈ ਸ਼ੀਵਾ ਬਿਮਾਰ ਦਾ ਹੁੰਦਾ ਤੇਰੀਆਂ ਇੰਨੀਆਂ ਗੱਲਾਂ ਹੀ ਨਹੀਂ ਸੁਣਨੀ ਜਾਂਦੀ ਕੱਪੀ ਆਦਮੀ ਆ ਤੂੰ ਗੱਤਨੀ ਖਾਨਦਾਨੀ ਪਿਓ ਤੋਂ ਲੈ ਕੇ ਦਾਦੇ ਤੱਕ ਉਸ ਤੋਂ ਲੈ ਕੇ ਇਹਦੇ ਤੱਕ ਸਾਰੇ ਮਦਾਰੀ ਨੇ ਉਹ ਤੂੰ ਤਾਂ ਚੁੱਪ ਕਰ ਗਿਆ ਪਤਾ ਨਹੀਂ ਜ਼ਿੰਦਗੀ 'ਚ ਰੈਪਟਾ ਮਾਰਾਂਗਾ ਚੂਹਾ ਵੀ ਫੜਿਆ ਕਾ ਨਹੀਂ ਫੜਿਆ ਤੂੰ ਜ਼ਿੰਦਗੀ 'ਚ ਚੂਹਾ ਫੜਿਆ ਤੇ ਆ ਵੇਖ ਫਿਰਨ ਡਿਆ ਉਹ ਪਰੇ ਦਹਾ ਸਾਨੂੰ ਇਧਰ ਤੋਂ ਨਫ਼ਰਤ ਹੋ ਗਈ ਏ ਹਾਂ ਅੱਗੇ ਬੜਾ ਜੀ ਮੇਰੇ ਦੰਦੀਆਂ ਵੜਦਾ ਚਲੋ ਭਾਜੀ ਸਾਨੂੰ ਕੋਈ ਹੁਕਮ ਆਡਰ ਲਾਓ ਲੈ ਇਹਨੂੰ ਲੈ ਜਾ ਅਸੀਂ ਬਟੇਰੇ ਫੜੇ ਨੇ ਆ ਬਦਮਾਨ ਉਸ ਪਾਣੀ ਫਿਲਡ ਹੀ ਨਹੀਂ ਹੈਗੀ ਤੁਸੀਂ ਵੱਡੀ ਗੱਲ ਕੀਤੀ ਨਹੀਂ ਅੱਲਾ ਤੁਹਾਡੀ ਜ਼ਿੰਦਗੀ ਕਰ ਤੁਸੀਂ ਕਿਹਾ ਸੀ ਬਟੇਰੇ ਫੜਦੇ ਹਾਂ ਤੁਹਾਨੂੰ ਤਾਂ ਨਹੀਂ ਮੈਂ ਕਹਿ ਸਕਦਾ ਗੱਪਾਈਆਂ ਮਾਰੀ ਜਾਂਦੇ ਓਏ ਅਸੀਂ ਤੇ ਆ ਉਹ ਜਾ ਯਾਰ ਮੈਂ ਕਰਦਾ ਓਏ ਉਹ ਨਾ ਹਟਾ ਦੇਣਾ ਉਹ ਭਾਜੀ ਨਾ ਕਰੋ ਨਾ ਕਰੋ ਨਾ ਕਰੋ ਫਿੱਟੇ ਮੂ ਹੋਵੀ ਸਾਫਾ ਇੰਜ ਬਣ ਕੇ ਫਿਰਦਾ ਰਹਿਣਾ ਜਿਵੇਂ ਜੱਗੀ ਮਲਕ ਦਾ ਸਾਲਾ ਤੂੰ ਬਹੁਤ ਕਾਲਾ ਆ ਮੈਨੂੰ ਦੱਸ ਦਵਾ ਉਹ ਵੇ ਕਿੱਥੋਂ ਤੇਰਾ ਨਾਮ ਸੁਣ ਕੇ ਆਇਆ ਹੈ ਤੇਰੇ ਨੇ ਚੱਲਣਾ ਆਇਆ ਤੇ ਤੈਨੂੰ ਮੈਂ ਨਾ ਆਪਣੇ ਜ਼ਖਮ ਤੇ ਬਿਠਾਉਣਾ ਮੈਂ ਤੈਨੂੰ ਦੱਸ ਦਵਾ ਅੱਜ ਤੋ ਤੁਸੀਂ ਡੇਲੋਂ ਮਰ ਗਏ ਆਂ ਅਸੀਂ ਜੀਂਦੇ ਆਂ ਮਰਿਆ ਯਾ ਤਿਆਰੀ ਆ ਨੱਕ ਚ ਰੂਹ ਦੇਣਾ ਯਾ ਲੈ ਜਾਣਾ ਤੈਨੂੰ ਹਾਂ ਮੇਰਾ ਹੁਣ ਦਿਲ ਕਰਨ ਡਿਆ ਕਿ ਜਿਹੜਾ ਮੈਂ ਕਰਾਇਆ ਲਾ ਕੇ ਆਇਆ ਨਾ ਉਹ ਕਰਾਇਆ ਤੇਰੇ ਮੈਂ ਅੰਦਰੋਂ ਕਢ ਲਵਾ 4.5 ਲੱਖ ਰੁਪਏ ਮਾਰੋ ਦੋੱਖ ਫੜ ਭਾ ਜੇ ਤੁਹਾਨੂੰ ਗਲਤ ਦੱਸਿਆ ਸੀ ਫੇਰੇ ਬਾਰੇ ਗਲਤ ਤਾਂ ਦੱਸਿਆ ਉਦਾਂ ਦਾ ਚਵਲ ਉਹ ਜਿਹਨੇ ਮੈਨੂੰ ਦੱਸਿਆ ਆਵੇ 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 ਹਾਂ ਆ ਜਾ ਰਹੇ ਜਾਨਵਰ ਹਾਂ ਜਾਨਵਰ ਉਹ ਵੀ ਬੈਠਾ ਆ ਜਾਨਵਰ ਉਹ ਵੀ ਬੈਠਾ ਜਾਨਵਰ ਨਾਲ ਗੱਲ ਕਰ ਸ਼ਾਇਦ ਤੇਰੇ ਅੱਖੇ ਲੱਗ ਜ ਜਾਣ ਮੈਂ ਇੱਕ ਵਾਰੀ ਫੇਰ ਤੁਹਾਨੂੰ ਕਹਿ ਰਿਹਾ 10 ਲੱਖ ਰੁਪਈਆ ਦੇ ਡੰਡਾ ਤੁਸੀਂ ਇੱਕ ਵਾਰੀ ਗੱਲ ਕਰੋ ਬਿਸ਼ੱਕ ਤੁਹਾਡੇ ਮੋਰਿਆਂ ਦਾ ਮਸਲਾ ਹੈ ਤੁਸੀਂ ਫੜ ਅਸੀਂ ਲਾਂਗੇ ਤੁਸੀਂ ਇੱਕ ਵਾਰੀ ਗੱਲਬਾਤ ਕਰੋ ਨਾ ਜਾ ਕੇ ਜੀ ਇਹਦਾ ਕਰੋ ਤੁਸੀਂ ਫੜ ਕੇ ਮੈਨੂੰ ਅਨਾਕ ਫੋਨ ਮਾਰੋ ਜ਼ਰਾ ਓ ਯਾਰ ਅਸਲ ਦੇ ਵਿੱਚ ਉਹ ਪਹਿਲਵਾਨ ਕੀ ਕਹਿਣਾ ਚਾ ਰਿਹਾ ਹੈ ਅਸਲ ਜਨਾ ਜੋ ਨੈਣ ਨਕਸ਼ ਦੱਸ ਰਿਹਾ ਇਹਦੇ ਮੈਨੂੰ ਲੱਗਦਾ ਕੋਈ ਤੇਰੇ ਵੀ ਉਹਦੇ ਹਰ ਗਈ ਹੈ ਤੇ ਬਰਾਦਰੀ ਦੀ ਗੱਲ ਬਰਾਦਰੀ ਨੂੰ ਸਮਝ ਆ ਜਾਂਦੀ ਹੈ ਤੁਸੀਂ ਬਹਿ ਕੇ ਇੱਕ ਵਾਰੀ ਗੱਲ ਕਰੋ ਨਾ ਲੜਾਈ ਕਿਉਂ ਕਰਨੀ ਆ ਭਾਜੀ ਗੱਲ ਉਹਨਾਂ ਕੀ ਕਰਨੀ ਹੈ ਅੱਲਾ ਮਾਫੀ ਦੇਵੇ ਕੋਈ ਜਗਾ ਦਾ ਰੌਲਾ ਆ ਬਦਮਾਨਤ ਨਾਲ ਜਿਹੜਾ ਹੈ ਹੀ ਬਿਨ ਬਾਨਸ ਆ ਉਹਨੂੰ ਮੈਂ ਕੀ ਕਹੂੰਗਾ ਨਹੀਂ ਤੁਸੀਂ ਇੱਕ ਵਾਰੀ ਟੇਬਲ ਟਾਕ ਕਰਕੇ ਦੇ ਲੋ ਨਹੀਂ ਇੱਕ ਵਾਰੀ ਤੇ ਮੈਂ ਇੱਥੇ ਗੱਲ ਕਰਨੀ ਆ ਉਹ ਉੱਥੇ ਹੁਣ ਆਇਆ ਮੇਰੀ ਇੱਥੋਂ ਗੱਲ ਹੋਰ ਤਾਂ ਕਿੱਦਾਂ ਪਹੁੰਚ ਜਾਏਗੀ ਉਹ ਯਾਰ ਉਹਨੂੰ ਵੀ ਅਸੀਂ ਕੋਈ ਨਾ ਕੋਈ ਲਵਾਸ ਮਤ ਦੇਾਂਗੇ ਉਹਨੂੰ ਕਵਾਂਗੇ ਉਹ ਨੀਵੀਂ ਜਗ੍ਹਾ ਤੇ ਖੜਾ ਹੋ ਜਵੇ ਜਿੱਥੇ ਮੂੰਹ ਤੇ ਤੇਰਾ ਤੇ ਉਹਦਾ ਬਰਾਬਰ ਆ ਜਣ ਮੂੰਹ ਉਹ ਕੈਸਾ ਤੇਰਾ ਮੈਤ ਨਮਾਹ ਮੂੰਹ ਆ ਆ ਜ਼ਰਾ ਮੋਰੇ ਠੀਕ ਹੋ ਲੈਣੇ ਬੜੇ ਸ਼ਿਕਾਰ ਕਰਾਂਗੇ ਇਹ ਨਹੀਂ ਹੁਣ ਠੀਕ ਹੋਣੇ ਸ਼ੀਫੇ ਹਾਂ ਇਹ ਨਹੀਂ ਹੁਣੇ ਆ ਜਾਣਾ ਹਰਨ ਤੇ ਇਧਰ ਸੁਣ ਲਾ ਸੁਣ ਲਓ ਹੁਣ ਪਹਿਲਵਾਨ ਜੀ ਰੁਪਿਆ ਦੇਣਾ ਤੁਹਾਨੂੰ 2 ਲੱਖ ਤੁਸੀਂ ਐਦਾਂ ਕਰੋ ਫੜ ਅਸੀਂ ਆਪ ਲਵਾਂਗੇ ਤੁਸੀਂ ਇੱਕ ਵਾਰੀ ਸੁਲਾ ਸਫਾਈ ਨਾਲ ਉਹਦੇ ਨਾਲ ਜਾ ਕੇ ਗੱਲਬਾਤ ਕਰ ਲਓ। ਲਓ ਜੀ ਹੁਣ ਦੱਸੋ। ਸ਼ੀਫੇ ਬਰਾਦਰੀ ਦੇ ਵਿੱਚ ਤੂੰ ਬੜੀਆਂ ਸੁਲਾ ਕਰਾਈਆਂ ਨੇ। ਹੈ? ਇਹ ਭੈਣ ਤਿੰਨ ਵਾਰੀ ਘਰ ਵਾਪਸ ਆਈਏ ਤੂੰ ਹੀ ਟੋਰੀਏ ਆਪਣੀ। ਉਹ ਸ਼ੀਫਾ ਜੀ ਮੇਰੀ ਗੱਲ ਸੁਣੋ। ਤੁਹਾਨੂੰ ਅਸੀਂ ਦਿੰਨੇ ਆ 2 ਲੱਖ ਰੁਪਇਆ। ਤੁਸੀਂ ਸਿਰਫ ਬਹਿ ਕੇ ਉਹਦੇ ਨਾਲ ਗੱਲਬਾਤ ਕਰਕੇ ਮੁਕਲੋ। ਉਹ ਬਹਿ ਕੇ ਗੱਲ ਮੈਂ ਕਿਦਾ ਬਹਿਨੋਈ ਆ ਮੇਰਾ ਉਹ। ਵੀ ਉਹਦੇ ਨਾਲ ਮੈਂ ਬਹਿ ਕੇ ਗੱਲ ਕਰਨੀ ਗੱਲ ਮੁਕਲ ਜਾਨੀ। ਉਹਨੇ ਤਾਂ ਮੇਰੇ ਥੱਪੜ ਮਾਰਨਾ ਤੇ ਮੈਂ ਤਾਂ ਇੰਜ ਉੱਡਣਾ ਵੀ ਜਿਵੇਂ ਬਸੰਤ ਤੇ ਗੁੱਡੀ ੜਾਈ ਦੀ ਆ। ਕੀ ਹੋ ਗਿਆ ਤੁਹਾਨੂੰ? ਇਹ ਕੰਮ ਛੋਟਾ ਹੈ ਜਿਹੜਾ ਲੈ ਕੇ ਆਏ ਆ ਤੁਸੀਂ ਅੱਛਾ ਗੱਲਬਾਤ ਨਾ بڑے بڑے ਮਸਲੇ ਹੱਲ ਹੋ ਜਾਂਦੇ ਨੇ ਨਹੀਂ ਉਹਨੇ ਵੀ ਹੁਣੇ ਕਿਉਂ ਉਹਦੇ ਨਹੀਂ ਹੁਣੇ ਉਹ ਮੈਂ ਇੱਥੇ ਬਹਿ ਕੇ ਗੱਲ ਕਰ ਲਈ ਉਹਨੇ ਉੱਥੇ ਸੁਣਨੀ ਆ ਨਹੀਂ ਉਹਨੂੰ ਨੀਵੀਂ ਜਗ੍ਹਾ ਤੇ ਖੜੇ ਕਰਦੇ ਲੈ ਨੀਵੀਂ ਜਗ੍ਹਾ ਤੇ ਵੀ ਖਲੋਤੇ ਆ ਉਹ ਜੀ ਬਦਮਾਨ ਉਸ ਨੂੰ ਇੱਕ ਵਾਰੀ ਕਿਹਾ ਸ਼ਾਇਦ ਇਹਨੂੰ ਚੋਕੇ ਮੋੜੇ ਤੇ ਬਾਹ ਲਵੇ ਸਾਰੀਆਂ ਗੱਲਾਂ ਕੰਨ ਚ ਕਰੀ ਹਾਂਜੀ ਹਾਂਜੀ ਗੱਲ ਕਰਨ ਦੇ ਆ ਗੱਲ ਕਰਨ ਵਾਲੀ ਕਰੋ ਜਿਹੜੀ ਮੰਨਣ ਵਾਲੀ ਗੱਲ ਉਹ ਕਰੋ ਹਰਨ ਦਾ ਸ਼ਿਕਾਰ ਕਰਾ ਲਓ ਮੇਰੇ ਕੋਲੋਂ ਚਲੋ ਹਰਨ ਮੈਂ ਕਿ ਫੜਾਂਗਾ ਜਿਵੇਂ ਕਬੂਤਰ ਫੜੀਦਾ ਆ ਤੇ ਇਹਨੂੰ ਵੀ ਇੰਜ ਫੜ ਲਓ ਜਾ ਕੇ ਗਰੇਵਾਂ ਤੋਂ ਫੜ ਲਓ ਗਰੇਵਾਂ ਕਿੱਥੋਂ ਫੜਨਾ ਹਾਂ ਉਹ ਜਿਹੜਾ 70 ਫੁੱਟ ਦਾ ਆ ਉਹਦਾ ਗਰੇਵਾਂ ਦਾ 46 ਫੁੱਟ ਦਾ ਹੋਣਾ ਉਹਨੂੰ ਗਰੇਵਾਂ ਨੂੰ ਫੜ ਕੇ ਉਹਨੂੰ 3-4 ਚੰਡਾ ਮਾਰੋ ਮੇਰਾ ਭਾਨ ਜਾਨਾ ਵੀ ਮੈਂ ਇੰਨਾ ਕਰਕੇ ਆ ਮਾਰ ਦਵਾ ਕਿੱਡਾ ਤੇਰਾ ਕੱਦ ਆ ਹੈ ਆਪ ਤੂੰ ਟਾਲੀ ਜਿੱਡਾ ਆ ਪੀਰ ਮੱਲ ਦਾ ਗੰਨਾ ਲੱਗਣ ਡਿਆ ਆ ਹਾਂ ਤੂੰ ਚੱਲ ਜਾ ਉੱਥੇ ਮੈਂ ਤਾਂ ਗੱਪਾਂ ਨਹੀਂ ਨਾ ਮਾਰਦਾ ਇਹ ਗੱਪ ਨਹੀਂ ਮਾਰਦਾ ਕਿ ਮੈਂ ਸ਼ੇਰ ਫੜ ਓਏ ਹੁਣ ਵੀ ਸ਼ੇਰ ਸਾਹਮਣੇ ਆਵੇ ਹਾਂ ਅਸੀਂ ਕਦੀ ਨਾ ਵੜੀਏ ਹਾਂ ਗੱਲਾਂ ਕਰਨ ਰਿਹਾ ਹਾਂ ਹੁਣ ਇਸ ਗੱਲ ਤੋਂ ਮੁੜ ਜਾ ਜਾਨ ਨਿਕਲ ਗਈ ਤੇਰੀ ਬੇਮਾਨਸ ਦਾ ਨਾਂ ਸੁਣ ਕੇ ਮੈਂ ਕਹਿੰਦਾ ਜਾਨ ਉਹਦੀ ਨਿਕਲ ਜਾਏਗੀ ਤੁਰਫੇ ਨਾਲ ਕਿਉਂ ਤੁਰਾ ਹਾਂ ਤੁਰਫੇ ਨਾਲ ਮੈਂ ਪਾਗਲ ਹਾਂ ਓ ਯਾਰ ਸ਼ੀਫੇ ਉਹਦੇ ਨਾਲ ਗੱਲ ਕਰਨ ਚ ਕਿਉਂ ਓਏ ਉਹਦੇ ਨਾਲ ਗੱਲ ਕਿਹੜੀ ਉੱਥੇ ਮੰਗਣੀ ਕਰਨੀ ਉਹਦੇ ਨਾਲ ਗੱਲ ਸੁਣ ਸ਼ੀਫੇ ਜੇ ਤੂੰ ਜਾ ਕੇ ਉਹਦੇ ਨਾਲ ਅੱਛੇ ਤਰੀਕੇ ਨਾਲ ਮਿਲਦਾ ਹੈ ਬਦਮਾਸ਼ੀ ਨਹੀਂ ਕਰਦਾ ਤੂੰ ਉਹਨੂੰ ਕਹਿਣਾ ਕਿ ਅਸਲਾਮੁਅਲੈਕਮ ਸਰ ਅਸਲਾਮੁਅਲੈਕਮ ਉਹ ਬੜਿਆ ਲਿਖਿਆ ਆ ਤੁਸੀਂ ਸ਼ਿਕਾਰੀ ਨੂੰ ਪਾਗਲ ਸਮਝਦੇ ਆ ਫੇਰ ਗੱਲ ਕਰਨ ਚ ਕੋਈ ਆ ਨਹੀਂ ਸਾਡੂ 50 ਸਾਲ ਹੋ ਗਏ ਸ਼ਿਕਾਰ ਕਰਦੇ ਆ ਅਸੀਂ ਇਦਾਂ ਦਾ ਕਰੀ ਜਾਨਵਰ ਨਹੀਂ ਵੇਖਿਆ ਜਿਹੜੀ ਤੂੰ ਗੱਲ ਕਰਨ ੜਿਆ ਗੱਲਾਂ ਕਰਨ ੜਿਆ ਬਹੁਤੀਆਂ ਤੇ ਜੇ ਪਿਆਰ ਮੁਹੱਬਤ ਨਾਲ ਤੁਸੀਂ ਜਾ ਕੇ ਗੱਲ ਕਰੋ ਉਹਦੇ ਨਾਲ ਪਿਆਰ ਮੁਹੱਬਤ ਨਾਲ ਕਿੱਦਾਂ ਗੱਲ ਕਰੀਏ ਲੇਬਰ ਕਾਉਂਸਲਰ ਆਹੋ ਬਲਮਾਨਸ ਆ ਉਹਦੇ ਨਾਲ ਜਾ ਕੇ ਸ਼ਿਫੇ ਉਹਨੂੰ ਕੋ ਪਾਉਂਦੇ ਹੱਥ ਦੇ ਵਿੱਚ ਮੈਂ ਆ ਜਾਣਾ ਉਦੇ ਹੱਥ ਚੋਂ ਆ ਗਿਆ ਮੇਰੀ ਲੱਤਾ ਬਾਹਰ ਰਹਿਣੀ ਆ ਜਿਹੜੀ ਗੱਲ ਕਰਨੇ ਆ ਤੂੰ ਤੇਰੇ ਜਿਹੜਾ ਗਿੱਠਾ ਹੋਵੇ ਬਦਮਾਨਸ ਤੇ ਮੈਂ ਗੱਲ ਕਰ ਲਵਾਂ ਯਾਰ ਗੱਲ ਕਰਨ ਚ ਕਿਹੜੀ ਹਰਜੇ ਭਲਵਾਨ ਤੂੰ ਉਹਨੂੰ ਜਾ ਕੇ ਕਹਿ ਕੇ ਆ ਵੇਖ ਉਹ ਜਿਹੜਾ ਇੱਕ ਬੱਚਾ ਪਾਲ ਸਕਦਾ ਹਾਂ ਉਹ ਜ਼ੈਨਰ ਖਾਨ ਦਾ ਤੇ ਪਾਲ ਸਕਦਾ ਮੈਂ ਉਹਨ ਨਾਲ ਕੀ ਗੱਲ ਕਰਾਂ ਮੇਰੇ ਨਾਲ ਦਾ ਪਲਾਟ ਲਿਆ ਬਦਮਾਨਸ ਨੇ ਵੀ ਮੈਂ ਉਹਨੂੰ ਕਹਾਂ ਵੀ ਆ ਪਲਾਟ ਜਿਹੜਾ ਹੈ ਮੈਨੂੰ ਦੇ ਦੇ ਸ਼ਿਫੇ ਅਸਲ ਚ ਤੂੰ ਦਿਲੋਂ ਹੀ ਹਾਰ ਗਿਆ ਆ ਮੈਨੂੰ ਹਰਿਆ ਰਾਮ ਦੇ ਓਏ ਮੈਂ ਤੇ ਪਲਵਾਨ ਨਹੀਂ ਆਉਂਦੇ ਸਾਡੇ ਕੋਲੇ ਸਾਨੂੰ ਕਹਿੰਦੇ ਕਿ ਅਸੀਂ ਬਟੇਰ ਫੜਨਾ ਜਾਂ ਬੜਨਾ ਜਿਨਾ ਫੜਦੇ ਤੇ ਸਾਡੇ ਫਿਟੇ ਮੁੱਤੇਰੇ ਦੇ ਓਏ ਓਏ ਉਹਦੇ ਜਿਹੜੇ ਸਿਰ 'ਚ ਜੂ ਹਨ ਮੇਰੇ ਨਾਲੋਂ ਵੱਡੀ ਆ ਤੇ ਯਾਰ ਤੂੰ ਕੱਡ ਕੱਡ ਖਾਈਂ ਹਾਂ ਮੋਸ਼ਤ ਵਾਲੀ ਜੂ ਹੁੰਦੀ ਏ ਉਹ ਦਰ ਫਿਟੇ ਮੁੱ ਕਸਾਈ ਆ ਨਾ ਵਿੱਚੋਂ ਹਾਂ ਲੱਖ ਲਾਨਤਾਂ ਦਿੱਤੀ ਆਦਮੀ ਗੱਪੀ ਜਾ ਅੱਜ ਸਾਡੀ ਨਿਕਲ ਜਾ ਜਾ ਤੱਕ ਲੰਮਾ ਪੈ ਜਾ ਲੰਮਾ ਪੈ ਜਾ ਹੋਰ ਚੀਜ਼ ਦਾ ਸ਼ਿਕਾਰ ਕਰਵਾ ਲੈ ਮੈਂ ਪੂਰੇ ਪਿੰਡ ਨੂੰ ਜਾ ਕੇ ਹੁਣ ਦੱਸਣਾ ਕਿ ਇਧਰ ਪਾਸੇ ਇੱਕ ਗੱਪੀ ਆ ਸ਼ੀਫਾ ਗੱਪੀ ਨਹੀਂ ਹੈਗਾ ਉਹਨਾਂ ਨੂੰ ਪਤਾ ਆ ਸਾਰਾ ਹਾਂ ਪਤਾ ਓਏ ਹੋਰ ਚੀਜ਼ ਦਾ ਸ਼ਿਕਾਰ ਕਰਵਾਉਣਾ ਹੋਰ ਚੀਜ਼ ਦਾ ਸ਼ਿਕਾਰ ਕਰਵਾਉਣਾ ਹੋਰ ਕੀ ਹੋਰ ਚਾਹੀਦਾ ਦੱਸ ਬੋਲ ਤੇ ਤੇਰਾ ਕੰਮ ਸੀਗਾ ਐਡਾ ਤੂੰ ਪੁਰਾਣਾ ਸ਼ਿਕਾਰੀ ਆ ਤੂੰ ਉਹਦੇ ਨਾਲ ਜਾ ਕੇ ਮੂੰਹ ਤੇ ਉਹਦੇ ਨਾਲ ਗੱਲ ਕਰਦਾ ਕਿ ਭਾਈ ਇੱਕ ਮਸਲਾ ਲੈ ਕੇ ਆਏ ਤੇਰੇ ਕੋਲ ਦੱਸ ਕੀ ਕਰ ਰਹਾ ਹੈ ਮਸਲਾ ਕੀ ਹੈ ਯਾਰ ਉਹ ਬੱਚਾ ਲੈ ਚੱਕ ਕੇ ਲਿਆਇਆ ਵਾਪਸ ਦੇ ਦੇ ਤੇ ਸਾਡੀ ਦੁਸ਼ਮਣੀ ਨਹੀਂ ਹੈਗੀ ਉਹਦੀ ਗੱਲ ਸਮਝ ਜਾ ਜਾਣੀ ਹੈ ਹਾਂ ਉਹ ਬੱਚਾ ਬਿਨ ਮਾਨਸ ਲੈ ਕੇ ਗਿਆ ਆ ਤੇਰਾ ਚਾਚਾ ਰਿਵਾ ਨਹੀਂ ਲੈ ਕੇ ਗਿਆ ਵੀ ਜੇ ਕੋ ਮੈਂ ਛਡਾ ਲਿਆ ਵਾ ਸ਼ੀਫਾ ਓ ਇਸ ਗੱਲ ਨੂੰ ਮੰਨ ਜਾ ਕਿ ਤੇਰੀ ਬੱਸ ਹੋ ਗਈ ਆ ਤੇਰੀ ਬੱਸ ਕੀ ਹੋ ਗਈ ਮੈਂ ਬੋਰੀਆਂ ਢੋਣ ਰਿਹਾ ਬੱਸ ਹੋ ਗਈ ਆ ਬੱਸ ਹੋ ਗਈ ਆ ਬੱਸ ਹੋ ਗਈ ਆ ਖੱጫ ਮਾਰਦਾ ਤੇ ਡਰਾਮੇ ਕਰੀ ਬਾਬਾ ਜੀ ਹੁਣ ਜਾਓ ਬੱਸ ਹੋ ਗਈ ਆ ਕੋਈ ਸ਼ਿਕਾਰੀ ਹੋਰ ਨਹੀਂ ਕਰਦਾ ਪਿਟੇ ਅੱਲਾਹ ਦੀ ਮਿਹਰਬਾਨੀ ਨਾਲ ਜਿੰਨੇ ਵੀ ਇੱਥੇ ਜਾਨਵਰ ਬੰਨੇ ਸ਼ਿਕਾਰ ਨਹੀਂ ਬੰਨੇ ਆ ਆਬਾ ਸਾਹ ਮੱਝਾ ਸ਼ਿਕਾਰ ਕਰਕੇ ਲਿਆਇਆ ਹੋਣਾ ਤੂੰ ਅੱਲਾਹ ਦੀ ਮਿਹਰਬਾਨੀ ਨਾਲ ਗੱਪੀ ਬਦਮਾਨਸਲਾ ਮੋਰ ਸ਼ਿਕਾਰ ਕਰ ਲੇਗਾ ਹਾਂ ਦੱਸ ਹਾ ਜਾਂ ਖੋਤਾ ਜ਼ਰਾ ਮੂੰਹ ਨਾਲ ਫੜ ਜ਼ਰਾ ਦੱਦੀ ਮੈਂ ਹੱਥ ਨਾ ਫੜਿਆ ਜਿਹੜਾ ਉਹ ਬਤਮੀਦ ਹੋਇਆ ਆ ਤੇਰੀ ਵੈਸੇ ਹੀ ਤਸ਼ੀਫੇ ਮੈਂਟਲ ਮਰ ਜਾ ਹੁਣ ਉਹ ਕਿਤੇ ਖਾਲਜ ਪਾਣੀ ਆਂਦਾ ਤੇ ਡੁੱਬ ਕੇ ਮਰ ਜਾ ਚੱਲ ਜਾਣਾ ਆ ਮੱਖੀ ਪੈ ਜਾ ਪੈ ਜਾ ਲੰਮਾ ਉੱਥੇ ਚੱਲ ਤੇਰੀ ਸਾਡੀ ਅਜਾ ਵੀ ਮੁਲਾਕਾਤ ਆ ਤੈਨੂੰ ਫੋੜੇ ਤੇ ਨਾ ਨਾ ਬਿਠਾਇਆ ਤਾਂ ਮੇਰਾ ਨਾ ਵੀ ਸ਼ੀਸ਼ਾ ਆ ਚੱਲ ਐਡਾ ਗੱਪੀ ਤੂੰ ਕਰ ਕੇ ਜੱਬ ਮਾਰ ਬੈ ਕੇ ਗੱਪਾਂ ਉੱਥੇ ਚੱਲ ਗੱਲਾਂ ਕਰਨੇ ਆਈ ਜਿੰਦਗੀ ਤੇਰੀ ਦੀ ਇਹ ਬਜ਼ੁਰਗ ਆਏ ਨਾ ਜਿਨ੍ਹਾਂ ਨੇ 40 ਸਾਲ ਸਾਡੇ ਨਾਲ ਸ਼ਿਕਾਰ ਕੀਤਾ ਹੈ ਅੱਜ ਵੀ ਇਹ ਸ਼ਿਕਾਰ ਤੋਂ ਮਤਾਸਰ ਹੋ ਕੇ ਸਾਡੇ ਕੋਲ ਆਏ ਆ ਇਹ ਅੱਜ ਤੋਂ ਬਾਅਦ ਤੇਰੇ ਕੋਲ ਨਹੀਂ ਆਉਣਗੇ ਇਹ ਪੂਰੇ ਪਿੰਡ 'ਚ ਅਸੀਂ ਸਿਰਫ ਤੇਰੀ ਗੱਲ ਸੁਣੀ ਹੈ ਤੇਰੇ ਘਰ ਦੇ ਨੇ ਵੀ ਨਹੀਂ ਸੁਣੀ ਗੱਪੀ ਤੂੰ ਕਿਹਾ ਮੈਂ ਅੱਜ ਕਰਕੇ ਹਾਥੀ ਕੱਢੇ ਨੇ ਅਸੀਂ ਮੰਨਿਆ ਕਿ ਕੱਢੇ ਨੇ ਹਾਂ ਪਾਗਲ ਕਿ ਵਿਆ ਤੂੰ ਇੱਥੇ ਹੀ ਰਹਿਣਾ ਹੈ ਇੱਥੇ ਹੀ ਆਉਣਾ ਤੈਨੂੰ ਮੈਂ ਦੱਸ ਦਵਾ ਤੂੰ ਵੀ ਇੱਥੇ ਹੀ ਰਹਿਣਾ ਹਾਂ ਗੱਲਾਂ ਕਰਨੇ ਆ ਚਲਦੀ ਆ ਹਾਂ ਮੈਂਟਲ ਹਾਂ ਆ ਵਕੀਲ ਨੂੰ ਲੈ ਜਾਓ ਇੱਥੋਂ ਵੱਡੇ ਨੂੰ ਲੈ ਜਾਓ ਇਹਨੂੰ ਸ਼ਿਕਾਰ ਕਰਾਉਣਾ ਸਾਡੇ ਕੋਲ ਕਿਉਂ ਸੂਰਜ ਦੀ ਸਿਰ 'ਚ ਛਾਤੀ ਪੈਂਦੀ ਏ ਲੇਕਨ ਸ਼ੀਫੇ ਉਹ ਬੰਦਾ ਤੇ ਚਲਾ ਗਿਆ ਸਾਨੂੰ ਤੇਰੇ ਆ ਕੀ ਵੇਖ ਰਿਆ ਈ ਪਿੱਛੇ ਮੁੜ ਕੇ ਕੀ ਵੇਖ ਰਿਆ ਈ ਬਸ ਕਰਦੇ ਉਹਨੂੰ ਪਤਾ ਲੱਗ ਗਿਆ ਹੁਣ ਇਹ ਤੂੰ ਨਾ ਕਿਉਂ ਕੀਤੀ ਏ ਚੱਲ ਗਿਆ ਤੂੰ ਉਹਦੇ ਨਾਲ ਦਾ ਯਾਰ ਹੋ ਗਿਆ ਕੈਸਾ ਬੰਦਾ ਪਾਇਆ ਜਾ ਕੱਪ ਕਰ ਗਿਆ ਉਹਦੇ ਨਾਲ ਦੀ ਵੀ ਗੱਲ ਕਰਨੀ ਚਾਹੀਦੀ ਏ ਤੂੰ ਹੈ ਹੈਰਾਨ ਆ ਵੀ ਇਹ ਗੱਲਾਂ ਸਾਡੀ ਸੁਣਦਾ ਸੀ ਪਤਾ ਨਹੀਂ ਬਹਿ ਕੇ ਯਾਰ ਤੂੰ ਚਲੇ ਜਾਣਾ ਸੀ ਕਿਹੜਾ ਬਦਮਾਨ ਸੀ ਓਏ ਬਦਮਾਨ ਸੀ ਤੇ ਮੈਂ ਤਾਂ ਫਿਲਮ ਚ ਵੇਖਿਆ ਰ ਤਿੰਨ ਦਿਨ ਡਰਦਾ ਘਰੋਂ ਬਾਹਰ ਨਹੀਂ ਨਿਕਲੇ ਆ ਉਹ ਕਹਿੰਦਾ ਫੜ ਕੇ ਲਿਆਉਣਾ ਵੇਖਦਾ ਸਹੀ ਯਾਰ ਉਹ ਕੈਸਾ ਮੁੰਡਾ ਆ ਓਏ ਯਾਰ ਸੀਨੇ ਤੇ ਇੱਕ ਵਾਰੀ ਜਾਣਾ ਤੇ ਬਣਦਾ ਸੀ ਤੂੰ ਨਾਲ ਸਾਨੂੰ ਲੈ ਕੇ ਚੱਲ ਓਏ ਬਦਮਾਨ ਇਸ ਤੈਨੂੰ ਨਹੀਂ ਪਤਾ ਤੂੰ ਵੇਖਿਆ ਉਹ ਉਹ ਜਿਹੜਾ ਸਾਰਿਆਂ ਨੂੰ ਫਿਲਮ ਚ ਕੁੱਟੀ ਜਾਂਦਾ ਗੱਡੀ ਚੁੱਗ ਕੇ ਜੋ ਐਨੀ ਗਾਇ ਐਸਟ ਦੇ ਤਾਹ ਨੂੰ ਮੈਂ ਉਹਨੂੰ ਸਮੇ ਪੈਰਾ ਚੋਂ ਕੱਢਿਆ ਮੈਂ ਕਿਹਾ ਸ਼ਿਕਾਰ ਸ਼ਕੂਰ ਦੱਸੇਗਾ ਆਏਗਾ ਕੋਲ ਫੇਗਾ ਵੈਰੀ ਗੁੱਡ ਜੀ ਤੇ ਫਿਰ ਉਹਨੇ ਕਹਿ ਸਾ ਤੈਨੂੰ ਪੈਰਾ ਚ ਗੱਡੇ ਕੰਮ ਕੋ ਦ ਵੱਡਾ ਹੀ ਲੈ ਕੇ ਆ ਗਿਆ ਸਾਡੇ ਕੋਲ ਬਦਮਾਨਸ ਕਹਿੰਦਾ 30 ਸਾਲ ਹੋ ਗਏ ਨੇ ਬੱਚਾ ਚੱਕ ਕੇ ਲੱਗੇ ਆਇਆ 70 ਫੁੱਟ ਲੰਬਾ ਤੇ ਚੁਣਾਈ ਪਤਾ ਨਹੀਂ ਕਿੰਨੀ ਦਾ ਚ ਰੇ ਦੇਖ ਵੀ ਸਾਡੇ ਕੋਲ ਮਸਲਾ ਪੈਲੀਆਂ ਚ ਲੈ ਕੇ ਆਇਆ ਨਾ ਇੱਥੇ ਕੋ ਥਾਣਾ ਲੱਗਣ ਡਿਆ ਨਾ ਇੱਥੇ ਕੋ ਪਚਾਰ ਮਰਹਮ ਸ਼ਿਫਾ ਜੀ ਅੱਜ ਤੁਹਾਡਾ ਪਤਾ ਲੱਗ ਗਿਆ ਬੰਦੇ ਤੁਸੀਂ ਚਵਲ ਹੋ